भाई जिंदाबाद, सभी पार्टी जिंदाबाद, सभी पार्टी जिंदाबाद, जिंदाबाद पार्टी भाई जिंदाबाद। जोंटी भाई क्या बड़ी स्वाद बनाई है, की पाया हुए भाई? माल पाया हुआ पूरा ठोक के। अच्छा और फिर प्रधान जी की कहती है थोड़ी भविखबाणी? आप ही जितांगे, टेंशन ना लो। अच्छा प्रधान जी मैं शरला मार के रिजल्ट अनाउंस होने वाले हैं, तू रुक के जा, बस दो मिनट च आ गया। चल छेती है, ठीक है, चल भाई संजय कुमार, चल भाई। ओ काका सभी पार्टी शांत हो जाओ, चलो थले पार्टी, चलो थले चलो, जीतेंगे हम जीतेंगे, जीतेंगे हम जीतेंगे। मेरी सारे स्टूडेंट्स नो रिक्वेस्ट है ਓਏ ਆਪ ਤੋਂ ਬਾਤ ਕਿ ਉਹ ਰੌਲਾ ਥੋੜਾ ਜਿਹਾ ਘੱਟ ਬਰਾਵਾ ਆ ਬੰਦੇ ਤੇਰੇ ਅੱਗੇ ਹੱਥ ਜਾ ਨਾਮ ਤਾਂ ਸਿੱਧਾ ਲੈ ਲੈ ਕਰ ਮੌਸਮ ਬਹੁਤ ਖਰਾਬ ਹੈ 10 ਨੂੰ ਅੰਤਮ ਕਹਿ ਲੈ ਕਰ ਨਲਿਆ ਕਾਲਜ ਚੋਂ ਹੀ ਕਿਸੇ ਨੇ ਅੱਤਵਾਦੀ ਸਮਝ ਕੇ ਸੱਚੇ ਠੋਕ ਦੇਣਾ ਯਾਰ ਮੈਨੂੰ ਮੇਰੇ ਵਿਦਿਆਰਥੀਓ ਅੱਜ ਤੁਹਾਡੇ ਚੋਂ ਦੋ ਲੀਡਰਾਂ ਨੇ ਅੱਗੇ ਜਾ ਕੇ ਰਾਜਨੇਤਾ ਬਣਨਾ ਹੈ ਉਹ ਚੱਲ ਸਣਾ ਐਂ ਦੱਸ ਹਾਂ ਪ੍ਰਧਾਨ ਆਪਣੀ ਵਾਰੀ ਜਿੱਤੂ ਕੇ ਨਾ ਉਹ ਜਿੱਤੂ ਕਿਉਂ ਨਹੀਂ ਉਹ ਨਾਲੇ ਜਿਹੜੀ ਪਾਰਟੀ ਨੂੰ ਆਪਣੇ ਵਰਗੇ ਅਮਲੀਆਂ ਦਾ ਸਮਰਥਨ ਹੋਵੇ ਨਾ ਉਹ ਤਾਂ ਕਦੇ ਹਾਰ ਹੀ ਨਹੀਂ ਸਕਦੀ ਓਏ ਆਖਿਰ ਨੂੰ ਆਪਣੀ ਤਪੱਸਿਆ ਸਾਲੇ ਆਪਣੀ ਕਾਹਦੀ ਤਪੱਸਿਆ ਯਾਰ ਓਏ ਬੁੱਝ ਆ ਪਾਣੀ ਦੀ ਇੱਕ ਬੂੰਦ ਨਾ ਅਮਲੀ ਨੂੰ ਸਵਾ ਮਨ ਦੇ ਬਰਾਬਰ ਹੁੰਦੀ ਆ ਅੱਜ ਤਾਂ ਬਾਰਿਸ਼ 'ਚ ਭਿੱਜ ਕੇ ਆਇਆ ਫਿਰ ਕੀ ਹੋ ਗਿਆ ਸੁੱਕ ਗਏ ਪਤਾ ਨਹੀਂ ਕਿੰਨੀਆਂ ਕੁ 100 ਮਣ ਬੂੰਦਾਂ ਆਪਣੇ ਉੱਪਰ ਪੈ ਗਈਆਂ ਹੋਣੀਆਂ ਓਏ ਤਪੱਸਿਆ ਯਾ ਹੋਰ ਕੀ ਹੈ ਇਹ ਵੀ ਠੀਕ ਹੈ ਹਾਂ ਜਿੱਤ ਕਿਸੇ ਵੀ ਪਾਰਟੀ ਦੀ ਹੋਵੇ ਇਹ ਯੂਨੀਵਰਸਿਟੀ ਤੁਹਾਡੀ ਸਾਰਿਆਂ ਦੀ ਸਾਂਝੀ ਹੈ ਤੇ ਮੈਂ ਇਹ ਕਹਾਂਗਾ ਇਹ ਜਿੱਤ ਵੀ ਤੁਹਾਡੀ ਸਾਰਿਆਂ ਦੀ ਸਾਂਝੀ ਹੈ ਹਾਂ ਬਈ ਸ਼ਰਲਾ ਮਾਰਨਾ ਨੀ ਅਰੇ ਭਾਈ ਮੈਂ ਜਾਤਾ ਕੋਈ ਨੀ ਤੂੰ ਹੀ ਜਾਇਆ ਠੀਕ ਹੈ ਮੈਂ ਗਿਆ ਤੇ ਆਇਆ तैयार हो गया। लो साथियों इस इलेक्शन का रिजल्ट तैयार है ते प्यार नाल इस रिजल्ट नु सुनना है। गुड़ी जोंटी नु फोन ला। रिजल्ट किसी भी पार्टी दे फेवर च होगा। उस पार्टी ने शोर शराबा नहीं करना, सारे शांति बनाई रखना। सारे इधर ध्यान दो। हुण मैं सुरेंद्र जी नु रिक्वेस्ट करांगा ਕਿ ਉਹ ਅੱਜ ਦੇ ਇਸ ਰਿਜ਼ਲਟ ਨੂੰ ਤੁਹਾਡੇ ਨਾਲ ਸਾਂਝਾ ਕਰਨ। ਬਈ ਪਲੀਜ਼ ਜਲਦੀ ਫੋਨ ਨਹੀਂ ਚੱਕ ਰਿਹਾ। ਅਟੈਂਸ਼ਨ ਪਲੀਜ਼, ਦਾ ਰਿਜ਼ਲਟ ਇਜ਼ ਹੇਅਰ ਐਂਡ ਐਜ਼ ਐਵਰੀ ਈਅਰ। ਬਾਤ ਸੁਣ ਜੀ, ਜਾ ਛੇਤੀ ਬੁਲਾ ਕੇ ਲੈ ਕੇ ਆ। ਲੈਟਸ ਟੂ ਅਨਾਉਂਸ ਚੱਲ ਛੇਤੀ ਜਾ। ਓਕੇ ਗਾਇਸ, ਟੁਡੇ ਐਸਓਯੂ ਪਾਰਟੀ ਇਜ਼ ਵਿਨਰ। ਓ ਐਸਓਯੂ ਪਾਰਟੀ ਕੰਗ੍ਰੈਚੁਲੇਸ਼ਨਸ ਟੂ ਐਸਓਯੂ ਪਾਰਟੀ ਫਰੋਮ ਯੂਨੀਵਰਸਿਟੀ ਕਮਿਊਨਿਟੀ। ਮੈਂ ਤਾਰੇ ਪਿੱਛੇ ਪਾਗਲ ਹੋਣ ਲੱਗ ਪਿਆ। ਥੈਂਕਸ ਟੂ ਆਲ ਆਫ ਯੂ। ਇਹ ਨਹੀਂ ਹੋ ਸਕਦਾ,
ਇਹਨਾਂ ਨੇ ਆਪਣੇ ਨਾਲ ਘਪਲਾ ਕੀਤਾ। ਰਿਲੈਕਸ ਪਰਮ, ਸਟੂਡੈਂਟ ਯੂਨਿਟੀ ਆਪਣੇ ਨਾਲ ਆ, ਫਿਰ ਟੈਨਸ਼ਨ ਕਿਹੜੀ ਗੱਲ ਦੀ? ਟੈਨਸ਼ਨ ਤਾਂ ਹੋਣੀ ਹੋਈ ਹੈ ਪਰਮ, ਜਿੱਤ ਆਪਣੀ ਸੀ, ਐਤਕੀ ਫਿਰ ਧੱਕੇ ਨਾਲ ਜਿੱਤ ਗਏ ਸਾਲੇ। ਮੈਂ ਬਾਬਲਾਉਣ ਲੱਗਦਾ ਤਾਰੇ ਪਿੱਛੇ। ਉਹ ਪੂੰਡਾ ਸ਼ਕ ਜੋਟੀ ਕਿੱਥੇ? ਨਾ ਸਾਲਾ ਫੋਨ ਚੱਕ ਰਿਹਾ ਬਾਈ, ਬੀਤਰੀ ਆ ਬਾਥਰੂਮ ਕੇ। ਸਾਲਾ ਜੋਟੀ ਬਾਈ ਫੋਨ ਨਹੀਂ ਚੱਕ ਰਿਹਾ, ਸਾਨੂੰ ਟੈਨਸ਼ਨ ਉੱਤੇ ਆ, ਤੂੰ ਆਪਦੀ ਮਾਸੀ ਨਾਲ ਬੀਜੀ ਆ। ਕੰਗਰੈਚੁਲੇਸ਼ਨ। ਚਲੋ ਸੁਣ ਜੋਟੀ ਬਾਈ, ਮੇਰਾ ਤਾਂ ਜੀ ਕਰਦਾ ਸਾਲਿਆਂ ਦੇ ਜੁੱਤੀ ਫਿਰਾਂ ਇਹਨਾਂ ਦੇ। ਪੇਸੈਂਸ ਰੱਖ, ਅਗਲੀ ਵਾਰ ਆਪਾਂ ਨਰੋਲ ਜਿੱਤਾਂਗੇ, ਨਾਲੇ ਇਸ ਵਾਰ ਵੀ ਤਾਂ ਆਪਣੀ ਜਿੱਤ ਹੋਈ ਹੈ, ਇਹਨਾਂ ਦੀ ਤਾਂ ਸਿਰਫ ਕਾਗਜ਼ੀ ਜਿੱਤ ਹੈ। ਵੀ ਪਹੁੰਚੇ ਜੋਟੀ। ਥੈਂਕਸ ਟੂ ਕੈਂਪਸ ਸਟਾਫ ਐਂਡ ਆਲਸੋ ਥੈਂਕਸ ਟੂ ਆਲ ਆਫ ਯੂ ਗਾਈਜ਼ ਹੂ ਸਪੋਰਟ ਅਸ। ਸਾਡੀ ਇਸ ਪਾਰਟੀ ਦੇ ਸਰਪ੍ਰਸਤ ਗੁਰਜੀਤ ਬਰਾੜ ਜੀ ਬਠਿੰਡੇ ਤੋਂ, ਕੁੱਕੂ ਜੀ ਚੰਡੀਗੜ੍ਹ ਤੋਂ। ਬਾਈ ਆ ਜਾ ਹੁਣ। ਚਲੋ ਹੁਣ ਚਲੀਏ। ਜੋਟੀ ਬਾਈ ਜਿੱਤ, ਸਿਰਫ ਸਾਡੀ ਜਿੱਤ ਨਹੀਂ, ਤੁਹਾਡੇ ਸਾਰਿਆਂ ਦੀ ਆਪਣੀ ਜਿੱਤ ਹੈ। ਤੇ ਇਸ ਜਿੱਤ ਤੋਂ ਤੁਸੀਂ ਇਹ ਸਾਬਿਤ ਕਰ ਦਿੱਤਾ ਕਿ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਕਿਉਂਕਿ ਤੁਸ ਬਈ ਚੌਟੀ ਨੂੰ ਕੁਛ ਨਾ ਕਰਿਆ ਮਾਰ, ਫੋਨ ਦਸ ਵਿੱਚ ਮਿਲੇ ਜਿੱਤੇ। ਐਸਓਯੂ ਪਾਰਟੀ ਜਿੰਦਾਬਾਦ, ਐਸਓਯੂ ਪਾਰਟੀ ਜਿੰਦਾਬਾਦ, ਐਸਓਯੂ ਕੀ ਕਰਨਾ ਬਈ? ਕਰਨਾ ਕੀ ਹੈ? ਜਿੰਨੀ ਵੀ ਕਰਤੂਤ ਕੀਤੀ ਇੱਥੇ ਨੇੜੇ ਤੇੜੀ ਲੱਭੋ। ਤੂੰ ਐਂ ਕਰ, ਸਿਕਿਉਰਿਟੀ ਇੰਚਾਰਜ ਨੂੰ ਕਹਿ ਕੇ ਗੇਟ ਬੰਦ ਕਰਵਾ, ਠੀਕ ਹੈ? ਮੈਂ ਇੱਧਰ ਦੇਖਦਾ, ਤੂੰ ਉੱਧਰ ਸਾਂਭ। ਮੱਛਰ ਕੀ ਜਾਂਦੇ? ਗੰਦ ਪਾਉਣਾ ਸੀ, ਗੰਦ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨਾ ਸੀ ਨਾ, ਆਪਾਂ ਇਹ ਹਰਗਜ਼ ਨਹੀਂ ਹੋਣ ਦਿੰਦੇ, ਨਾ ਹੋਣ ਦਿੱਤਾ। ਹੁਣ ਤੁਸੀਂ ਸੋਚਦੇ ਹੋਵੋਗੇ ਪਾਰਟੀ ਤੋਂ ਬੰਤੀ ਹੈ, ਉਹ ਪਾਰਟੀ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ, ਬਸ ਪ੍ਰੈਜ਼ੀਡੈਂਟ ਸਾਹਿਬ ਸਾਡੇ ਧੰਨਵਾਦ ਜਿਹਾ ਕਰ ਲੈਣ, ਫਿਰ ਪਾਰਟੀ ਵੀ ਸ਼ੁਰੂ ਕਰ ਦਿੰਦੇ ਆ। ਕੀ ਬਕੀ ਜਾਂਦਾ, ਬਸ ਕਰ। ਜੋਟੀ ਬਾਈ ਜਿੰਦਾਬਾਦ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪਿੰਦਰ ਬੋਲਦਾ ਜੀ। ਗੁਰਪਿੰਦਰ ਕੌਣ? ਗੁਰਪਿੰਦਰ ਗੋਲੀ ਜੀ, ਪਛਾਣਿਆ ਜੀ? ਹਾਂ ਹਾਂ, ਦੱਸੋ। ਸਰ, ਸਾਡੀ ਪਾਰਟੀ ਦਾ ਪ੍ਰਧਾਨ ਤੁਸੀਂ ਕਿਡਨੈਪ ਕਰ ਲਿਆ, ਤੁਸੀਂ ਪਲੀਜ਼ ਸਾਰੇ ਗੇਟ ਬੰਦ ਕਰ ਦਿਉ ਅਤੇ ਇਕੱਲੇ ਇਕੱਲੇ ਦੀ ਤਲਾਸ਼ੀ ਲੈ ਕੇ ਚੈੱਕ ਕਰਕੇ ਭੇਜੋ ਜੀ ਸਾਰਿਆਂ ਨੂੰ। ਤੁਸੀਂ ਚਿੰਤਾ ਨਾ ਕਰੋ, ਮੈਂ ਹੁਣੇ ਸਖਤਾਈ ਕਰ ਦੇਣਾ ਇੱਥੇ। ਠੀਕ ਹੈ ਜੀ, ਮੈਂ ਕੋਲੇ ਭੇਜ ਦਿੰਦਾ ਤੁਹਾਡੇ ਕੋਲ। ਠੀਕ ਹੈ, ਪਰਮੇਲ ਉਹ ਗੇਟ ਬੰਦ ਕਰ। ਉਹ ਕੀ ਹੋ ਗਿਆ? ਸਾਲਾ ਜਾਬਾਂ ਦੇ ਭੇੜ ਮਾਰੀ ਜਾਂਦਾ, ਜੰਪੀ ਬਾਈ ਨੂੰ ਕਿਡਨੈਪ ਕਰ ਲਿਆ ਕਿਸੇ ਨੇ। ਉਹ ਕੀ ਹੋ ਗਿਆ ਬਾਈ? ਤਾਜ ਮਹਿਲ ਟਹਿ ਗਿਆ, ਹੁਣ ਕੀ ਹੋਣਾ ਕੀ ਸੀ? ਤਾਜ ਮਹਿਲ ਟਹਿ ਗਿਆ, ਤੁਹਾਨੂੰ ਕਿਵੇਂ ਪਤਾ ਲੱਗਿਆ? ਵੋ ਹੀ ਜਾਣਾ ਬਾਹਰ। ਠੀਕ ਆ, ਪਾਰਟੀ ਤਾਂ ਗਈ, ਜੀਤੇ ਬਾਈ ਕੋਲ ਚੱਲ ਗਏ। ਖੋਲਦੇ ਖੋਲਦੇ ਖੋਲਦੇ, ਚਲੋ ਵੀ ਚਲੋ 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 ਚਲੋ, ਪਰਮੇਲ ਗੇਟ ਖੋਲ। ਤੇਰੇ ਨਾਲ ਦੇ ਜਿੰਨੇ ਮੁੰਡੇ ਨੇ ਸਾਰਿਆਂ ਨੂੰ ਇਕੱਠੇ ਕਰ, ਮੁੰਡਿਆਂ ਦੇ ਹੋਸਟਲ, ਗਰਾਊਂਡ, ਕੰਟੀਨ ਸਾਰੇ ਕਿਤੇ ਜਾ ਕੇ ਚੈੱਕ ਕਰੋ, ਜ਼ਿਆਦਾ ਦੂਰ ਨਹੀਂ ਗਏ ਹੋਣੇ ਜੀ। ਮੈਂ ਤੇ ਸੰਜੇ ਕੁੜੀਆਂ ਵਾਲੇ ਹੋਸਟਲ ਚੱਲ ਚੱਲ ਜੀ। ਗਰਲਜ਼ ਹੋਸਟਲ ਅਤੇ ਅਸੀਂ ਬੋਇਜ਼ ਹੋਸਟਲ, ਗਰਾਊਂਡ, ਕੰਟੀਨ,
एनीवे वी विल मैनेज इट। है भाई ए गल परले पार दी है। अच्छा 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 भाई ए जोंटी भाई परले पार की करन बके। ओके ठीक है आ जाओ। कुड़ियां दा होस्टल तो आ गया पर कोई बीबी दा नजर नहीं आ रही। हूँ तो मी भी हट गया। विकी तू उधर जाके देख मैं तो संजय इधर देख दिया। भाई अनेरे थोड़े ज्यादा नहीं। हाँ रात करके थोड़ा ज्यादा हो यार। संजय हाँ भाई एक गल तो दस। बोल भाई। जे जोटी ना मिलिया फिर प्रधानगी दे चांस की देने। रा भाई तन्ने ही मिलेगी प्रधानगी फिर तो सड़ा ना ही मिले। यूके कह लग रहा भाई ओ मेरा मतलब यार जोटी का मिलना बहुत जरूरी है नहीं तो इन्होंने सड़े ने मैनू बना देना प्रधान। रा भाई ये तो बहुत बढ़िया बात है प्रधानगी यूं थोड़ी मिल जाए। अच्छा चल देखते फिर की बनता। भी डिजाइनर जे तू जौंटी बाई नू बचा लिया ना तब तेनू किसी ने निकम्मा नहीं कहना तेरी यूनिट पार्टी च बन जानी है पूरी ठोका ते ओदा भी मिल जाना। हाय ओ रब्बा की कही जांदा साला इदी केड़ा समझ लगदी है। रा भाई मैंने लगा बाइक रोकने खातर कह रहा है। नहीं नहीं कुछ और कह रहे हैं। ओए उच्ची बोल की कह रहे हैं भाई। अब बाइक रोक का बाइक का अब भाई बाइक रोक का खड़ा बाइक रोक नु कह रहे हैं। यूं तो भाई मैं कह अच्छा, फिर पांच मेरे मुंह पर की देखना है। शुक्र के ओ मेरा मतलब शुक्र है साला मिल गए मेरे मुंह पर की चकिया ना हुन पांच गाड़ी च बैठ हैंड्स अप बूंदी। हां भाई मुंह ते मार भाई थप्पड़ कर गोली साले मोबाइल दी लाइट ऑन कर टॉर्च लाओ दे मुंह ते। अच्छा भाई ठीक है भाई मेरे नहीं हो दे मार बुड़े दे। अच्छा एक मिनट बस आ देखो ठीक है भाई। ओ थोड़ी पान ते बारी बैड छिगी। ओ पीटर तू थू आवे तेरी यारी ते डिजाइनर भाई ओ प्रॉब्लम दे विच आ सालिया असी तेनू फोन ते फोन करी जाने आ तेरा फोन बिजी आ रहा है प्रॉब्लम है। ना सानू पता ही नहीं भी एह जी एकांत जगह ते एह जे मौसम च केड़ी प्रॉब्लम सॉल्व होंदी है। मुंदी तेनू दा पता ही होना वे दे बारे ना भाई ताही ता सालिया सिंगल है। भाई सिंगल ता तुसी भी भाई मैंने लगा मैदान की तरफ जान लग रहे डिजाइनर भाई ने फोन कर जल्दी के पता उड़िया मैं गलत नहीं हूं। ओए फोन आ गया गोली भाई दा। हां जी भाई हेलो डिजाइनर जोटी दा पता लगा किथे हो भाई इधर ग्राउंड वाली साइड वो थोड़े पीछे उधर ग्राउंड वाले आ रहे ने असि उन्हां दे पीछे घेरा पा लो। आ गए जी आ गए बस आ गए 2 मिनट च भाई होया की है क्योंकि भाई किडनैप हो गया। ओ तेरी नूं ए किवें हो गया इन्ना टाइम नहीं है साढ़े को जमी टाइम नहीं एक सैकंड भी नहीं है तैनू दसण दा क्योंकि किडनैपर इधर ही आ रहे ने। भाई क्यों मग जमा रहा इन्ने टाइम दे किडनैपर आके चले जाणगे भाई चलिए। हाँ हाँ थू थैंक गॉड खुशी
ਮੇਰੀ ਗੱਲ ਸੁਣ। ਇਹ ਨੇ ਤੇਰੇ ਫਰੈਂਡਸ ਨੀਚ ਤੇ ਘਟੀਆ ਸੋਚ ਦੇ ਮਾਲਕ, ਡਿਸਕਸਟਿੰਗ। ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਤੇਰੇ ਇਹੋ ਜਿਹੇ ਦੋਸਤ ਹੋਣਗੇ। ਬਾਏ। ਖੁਸ਼ੀ ਮੇਰੀ ਗੱਲ ਤਾਂ ਸੁਣ ਯਾਰ, ਮੈਂ ਗਲਤ ਨਹੀਂ ਹਾਂ। ਖੁਸ਼ੀ ਜਿੱਤੇ। ਹਾਂ ਬਾਈ। ਜੌਂਟੀ ਦੀ ਕੋਈ ਖਬਰ ਸਰ ਲੱਗੀ? ਬਾਈ ਫਿਲਹਾਲ ਤਾਂ ਕੁਛ ਨਹੀਂ ਪਤਾ ਲੱਗ ਰਿਹਾ। ਸਾਲੀ ਅਜੀਬ ਜਿਹੀ ਟੈਨਸ਼ਨ ਹੋਈ ਪਈ ਹੈ, ਇਹ ਕਰ ਕੌਣ ਸਕਦਾ? ਬਾਈ ਕੀ ਕਹਿ ਸਕਦੇ ਹਾਂ, ਕੁਛ ਨਹੀਂ ਪਤਾ ਲੱਗ ਰਿਹਾ। ਜੀਤੇ ਬਾਈ ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਬਾਈ। ਬਾਈ ਅੱਜ ਤਾਂ ਬਾਲੀ ਖੁਸ਼ੀ ਆ ਯਾਰ। ਬਾਈ ਜੀ ਕੁਝ ਹੋਣੀ ਤਾਂ ਨਹੀਂ ਚਾਹੀਦੀ? ਅਸੀਂ ਬਾਈ ਜੀ ਪਾਰਟੀ ਨੂੰ ਜਿਤਾਉਣ ਲਈ ਆਪਣਾ ਅੱਡੀ ਚੋਟੀ ਦਾ ਪੂਰਾ ਜ਼ੋਰ ਲਾਤਾ ਬਾਈ ਜੀ। ਬਾਈ ਜੀ ਤੁਹਾਨੂੰ ਪਤਾ ਹੀ ਹੈ, ਨਾਲੇ ਅਸੀਂ ਦੋਨਾਂ ਨੇ ਤਾਂ ਬਾਈ ਵਿਰੋਧੀ ਧਿਰ ਦੀਆਂ ਕਿਸੀਆਂ ਕਰਾਤੀਆਂ। ਕਿਸੀਆਂ ਸਰੀ ਨਹੀਂ ਛੱਡੀ ਮਾਰਾ ਜੀ, ਲੈ ਚੱਕ ਤੇ ਫੱਟੇ। ਜੀਤੇ ਬਾਈ ਹਾਂ ਦੱਸੋ, ਥੋੜਾ ਜਿਹਾ ਆਪਣਾ ਹਿਸਾਬ ਕਿਤਾਬ ਜਿਹਾ ਕਰ ਲਈਏ। ਕਰੋ 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 ਕਰੋ। ਓਏ ਰੁਕ ਰੁਕ ਰੁਕ, ਮੁੰਡੇ ਪਿਸਤਲ ਕੱਢ ਜਲਦੀ, ਪਿਸਤਲ ਕੱਢ। ਸਾਲਿਓ ਸਾਡੇ ਬਾਈ ਨੂੰ ਕਿਡਨੈਪ ਕਰਨ ਦੀ ਤੁਹਾਡੀ ਹਿੰਮਤ ਕਿਵੇਂ ਹੋਈ ਵਾ? ਓਏ ਦਜਿੰਦਰ, ਹਾਂ ਜਾਦੇ ਭਾਵਕ ਨਾ ਹੋ, ਜੇ ਸਾਲਾ ਸੱਜੇ ਪਾਸੇ ਦੀ ਲੰਘੇ ਫੇਰ। ਓ ਤੂੰ ਸਾਲਾ ਇਹਨਾਂ ਨੂੰ ਹਿੰਟ ਦੇਈ ਜਾਂਦਾ। ਓਏ ਹਿੰਟ ਨਹੀਂ, ਮੈਂ ਤੁਹਾਨੂੰ ਚਕੰਨੇ ਕਰ ਰਿਹਾ ਹਾਂ। ਇੱਕ ਮਿੰਟ, ਬਾਲੀ ਤੋੜ ਲੱਗੀ ਪਈ ਆ ਬਾਈ, ਥੋੜਾ ਬਹੁਤਾ ਮਾਲ ਮਾਲ ਮੂਲ ਜਿਹਾ ਮਿਲ ਜਾਵੇ। ਅੱਜ ਦਾ ਡੰਗ ਸਾਹ ਤੇ ਬਾਈ ਕੋ ਲਿਪ ਵੀ ਨਹੀਂ ਲਾਉਂਦੇ ਹੋਰ ਤਾਂ ਸਵਾਲ ਚਾਹੀਦਾ। ਹਾਂ ਯਾਰ ਬਾਈ, ਬਾਈ ਜੈਕਟ ਕਿੱਡੀ ਸੋਹਣੀ ਆ, ਲੈ ਦੱਸ। ਚਲ ਠੀਕ ਆ, ਥੈਂਕ ਯੂ ਬਾਈ, ਥੈਂਕ ਯੂ। ਉਹ ਦੇ ਦੇ ਮੈਨੂੰ ਤਾਂ ਦਿਖਾ ਦੇ ਬਾਈ। ਮਾਰ ਕੇ ਬੋਲ ਲੈ, ਸੁਣ ਕੀ ਜਨ। ਹੈਲੋ ਹੈਲੋ, ਓਏ ਹਾਂ ਜੀਤੇ, ਉਹ ਜਿਨ੍ਹਾਂ ਨੇ ਜੌਂਟੀ ਕਿਡਨੈਪ ਕੀਤਾ ਨਾ, ਕਿੱਥੇ? ਉਹ ਗਰਾਊਂਡ ਕੋਲ ਘੇਰੇ ਹੋਏ ਨੇ, ਪਹੁੰਚੋ ਛੇਤੀ, ਅਸੀਂ ਹੁਣੇ ਆਉਂਦੇ ਹਾਂ। ਕੀ ਕਹਿੰਦੇ? ਜਿਨ੍ਹਾਂ ਨੇ ਜੌਂਟੀ ਚੁੱਕਿਆ ਉਹ ਗਰਾਊਂਡ ਕੋਲ ਘੇਰੇ ਹੋਏ ਨੇ, ਚੱਲੀਏ ਛੇਤੀ ਕਰ, ਗੱਡੀ 'ਚ ਬੈਠ ਜਾਓ। ਉਹ ਤੁਹਾਨੂੰ ਸੁਣਦਾ ਨਹੀਂ ਹੋਏ, ਭੱਜੋ ਭੱਜੋ। ਉਹ ਮੇਰਾ ਮਤਲਬ ਭੱਜਣ ਦੀ ਕੋਸ਼ਿਸ਼ ਨਾ ਕਰਿਓ। ਉਹ ਇਹ ਗੋਲੀ ਕੀ ਗੋਲੀ ਪਈ ਜਾਂਦਾ ਭੈਣ ਦਾ ਦੀਨਾ? ਮੈਨੂੰ ਤਾਂ ਪਤਾ ਨਹੀਂ ਬਾਈ, ਪਤਾ ਨਹੀਂ ਫੜਾਉਣ 'ਚ ਹੈ, ਪਤਾ ਨਹੀਂ ਭਜਾਉਣ 'ਚ ਹੈ। ਭੈਣ ਦੇ ਚੱਗੇ, ਤੁਹਾਡੀ ਹਿੰਮਤ ਕਿਵੇਂ ਹੋਈ ਵਾ ਸਾਡੇ ਬਾਈ ਨੂੰ ਕਿਡਨੈਪ ਕਰਨ ਦੀ? ਜੇ ਕੋਈ ਸਮਾਨ ਹੈਗਾ ਤਾਂ ਕੱਢ ਕੇ ਸਾਈਡ 'ਤੇ ਰੱਖ ਦਿਓ। ਕੁਛ ਨਹੀਂ ਹੈਗਾ ਬਾਈ, ਸਾਡੇ ਲਵੇ ਮਾਰ ਮੱਥੇ 'ਚ ਗੋਲੀ ਸਾਲੇ ਦੇ। ਬਾਈ ਮੂਰਲੇ ਦੇ ਮਗਰਲੇ ਦੇ ਮੇਰੇ ਮਾਰ। ਠੀਕ ਹੈ ਜੀ। ਓਏ ਆ ਕੀ ਕਰ ਰਹੇ ਆ ਬਾਈ? ਆਪ ਹੀ ਤਾਂ ਕਿਹਾ ਮੇਰੇ ਮਾਰ, ਮੇਰਾ ਸਾਲਾ ਬੁੱਗ। ਥੈਂਕ ਯੂ ਬਾਈ। ਓਏ ਉਹ ਤੈਨੂੰ ਗਰੁੱਪ 'ਚ ਭਰਤੀ ਕਿਹੜੇ ਬੇਵਕੂਫ ਨੇ ਕੀਤਾ ਸੀ ਬਾਈ? ਆ ਕੀ ਆ? ਓਏ ਲਾਈਟਰ ਹੈ ਬਾਈ। ਇਹਨੂੰ ਭਣ ਦੀ ਪਿਸਤਲ ਕਿੱਥੇ ਆ? ਹੈ ਪਿਸਤਲ ਛੇਤੀ ਕੱਢ ਲਓ ਇਹਨੂੰ, ਸਾਲਿਆ ਭੂਆ ਦੇ ਸੰਧਾਰੇ 'ਚ ਦੇਣਾ। ਓਏ ਹੈਲਮਟ ਉਤਾਰ ਦੋ, ਨਹੀਂ ਤਾਂ ਤੈਨਾਂ ਦੇ ਇੱਕ ਗੋਲੀ ਲਗਾ ਦੂੰ ਮੱਥੇ ਸਾਲਿਓ। ਵਿਚਾਲੇ ਚੌਂਟੀ ਬਾਈ ਵੀ ਆ। ਓਏ ਲਾ ਦੋ ਬਾਈ। ਇਹ ਸਾਲੀ ਗੱਡੀ ਲੈ ਕਿੱਧਰ ਚੱਲੇ ਨੇ? ਹਾਏ ਓਏ ਕਿੰਨਾ ਪਿਓਰ ਮਾਲ ਹੈ। ਓਏ ਇੱਧਰ ਦੇਖ ਲੈ ਕਿੰਨਾ ਪਿਓਰ ਮਾਲ ਹੈ। ਪ੍ਰਧਾਨ ਆ ਕਿਵੇਂ ਧੂਆਂ ਪੱਟਦਾ ਗਿਆ? ਓਏ ਓਏ ਅੱਤਵਾਦੀ, ਓਏ ਅੰਤਮ, ਓਏ ਹਾਂ ਹਾਂ ਯਾਰ, ਮੈਨੂੰ ਸਾਲਾ ਸ਼ੱਕ ਜਿਹਾ ਹੋਇਆ, ਮੈਨੂੰ ਲੱਗਦਾ ਦਾਲ 'ਚ ਕੁਛ ਕਾਲਾ ਹੈ। ਮੈਨੂੰ ਤਾਂ ਦਾਲ ਹੀ ਕਾਲੀ ਲੱਗਦੀ ਹੈ। ਚਲੋ ਵੈਸੇ ਚੱਲ ਚੱਲੀਏ, ਆਪਾਂ ਕੀ ਲੈਣਾ ਕੀ ਲੈਣਾ। ਓਏ ਇੱਧਰ ਬਸ ਬਹੁਤ ਹੋ ਗਿਆ, ਉਤਰੋ ਥੱਲੇ ਥੱਲੇ ਉਤਰੋ, ਚਲੋ ਚਲੋ ਚਲੋ, ਸ਼ਾਬਾਸ਼। ਹੈਲਮਟ ਤਾਰੋ 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 ਤਾਰੋ, ਹੈਲਮਟ ਤਾਰੋ। ਮੂੰਹ ਖੋਲ, ਮੂੰਹ ਮੂੰਹ ਖੋਲ, ਨਹੀਂ ਗੋਲੀ ਮਾਰ ਦੂੰ। ਨਾ ਨਾ ਵੀਰੇ, ਤਾਰ ਕੱਪੜਾ, ਗੋਲੀ ਨਾ ਮਾਰਿਓ। ਚੱਲ 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 ਚੱਲ, ਸ਼ਿਵਾਲੀ ਮੂੰਹ ਦਿਖਾ ਦੇ ਆਪਣਾ, ਮੂੰਹ ਤੋਂ ਕੱਪੜਾ ਤਾਰ ਦੇ। ਸ਼ਾਬਾਸ਼। ਓਏ ਤੁਹਾਡੀ ਭੈਣ ਦੀ ਬਿਊਟੀਫੁਲ ਸ਼ਿੱਕੀ ਓਏ, ਯੂਨੀਵਰਸਿਟੀ ਦੇ ਸਾਰੇ ਸਟੂਡੈਂਟ ਨਾਈਟ ਆਊਟ ਕਰ ਰਹੇ ਨੇ। ਵਾਹ ਵਾਟ ਅ ਬਿਊਟੀਫੁਲ ਸਰਪ੍ਰਾਈਜ਼ ਟੂਡੇ, ਹੈਪੀ ਨਿਊ ਈਅਰ ਆਲ ਆਫ ਯੂ। ਓਏ ਡਿਜੇਂਦਰ, ਓ ਯਾਰ ਅੱਜ ਕੱਲ ਉਹ ਕਿਹੜੀ ਐਪ ਜੀ ਮਸ਼ਹੂਰ ਹੋਈ ਹੈ? ਟਿਕਟੋਕ, ਟਿਕਟੋਕ ਬਾਈ। ਹਾਂ ਸਾਲਾ ਲੁੱਟੋ ਤੋਂ ਸਿੱਧਾ ਟਿਕਟੋਕ ਤੇ ਆ ਗਿਆ ਤੂੰ, ਕਮਾਲ ਹੈ। ਗੋਲੀ ਫਿਰ ਇੱਕ ਟਿਕਟੋਕ ਤੋਂ ਬਣਤੀ ਹੈ। ਹਾਂ ਹਾਂ ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਦਾ ਮਾਹੌਲ ਹੈ। ਉਹ ਤੁਹਾਡੀ ਭਾਂ ਦੇ ਗਾਣਾ ਵੀ ਬਹੁਤ ਘੰਟ ਲੱਭਿਆ ਹੋਇਆ। ਕਿਹੜਾ? ਪਰਮੇਸ਼ ਵਰਮੇ ਦਾ। ਸਭ ਫੜੇ ਜਾਣਗੇ ਜੀ, ਸਭ ਫੜੇ ਜਾਣਗੇ। ਚਲੋ ਸ਼ੁਰੂ ਫੜੇ ਭਾਈ। ਇੱਦਾਂ ਨਾ ਕਰੋ ਯਾਰ, ਸਾਡੀ ਯੂਨੀਵਰਸਿਟੀ 'ਚ ਮੇਜ਼ ਬਣੀ ਹੋਈ ਹੈ,
ओए मेज बनी होई सी हुन टिकटॉक बनेगी चलो सब पढ़े जान चलो नचो टिकटॉक बन रही है सब पढ़े जान सब पढ़े जान गे जी सब पढ़े जान गे भाई सब पढ़े जान गे सब पढ़े जान गे भाई सब पढ़े जान गे सब पढ़े जान गे भाई सब पढ़े जान गे पढ़े जान गे सब पढ़े जान गे भाई सब पढ़े जान गे सब पढ़े जान गे भाई सब पढ़े जान गे विजेंद्र टिकटॉक बंद कर ओ भाई आ गया भाई आ गया भाई समर भाई कर कर करती करती हाँ गोली कितने हो जिन्होंने जंटी नूं फड़िया वो तो भाई वो मिसअंडरस्टैंडिंग जी होगी सी मिसअंडरस्टैंडिंग हाँ जी वो तो आ निकले जी ये पढ़न लिखने वाले स्टूडेंट ने सॉरी यार इन्हां वालों मैं माफ़ी मांगदा तुसी जा सकते हो थैंक यू वीरे चलो शिवाली ओए ओए सर वीरे मोटरसाइकिल ले जाओ हाँ जी वीरे स्टार्ट कर लो बेशक दी हाँ जी ते तुसी सारे जाने खड़ के इत्थे मजाक कर रहे हैं ते तू ही सड़िया आ फोन ते करदा सी टिकटॉक जी भाई साला टिकटॉक दा थोनू पता मेरे ते की बीतरी है जे सवेर तक जौंटी ना मिलिया सारी दी सारी मिट्टी पलीत हो जानी है नाले आ बेवकूफियां करनियां छड़ दो माड़ा मोटा समय दे हिसाब नाल चलना सीखो साली मेरी इत्थे फटन वाली होई पई है थोनू टिकटॉक दी लगी जो मर्जी करो मैनू नहीं पता जौंटी नू लभना बहुत जरूरी है जिथों मर्जी जो मर्जी जिवें मर्जी करो सवेर तक जौंटी मेरे सामने खड़ा हो समझ गए नहीं ला लो हिसाब आपका तुसी टेंशन ना लो भाई कर दें कोई हल करना पैना चंगा भाई सॉरी 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 भाई चलो भाई थोड़ा ने दिमाग खराब करके रखता तेन पुछ रहा हेलो की सोचिए भाई मैं सोच रहा जौटी बाई का माल तो बना की बनता हो कुछ नहीं पता लगे जी इसका चंडीगढ़ मोहाली पंचकूला लंडन खड़ सब गाता जी कुछ नहीं पता लगे ठीक है जी भाई जिम्मे कहो आ जाने जी कि फोन सी उस समर भाई का फोन सी है थोड़ा पर कम चल रहा बंदी हाँ भाई की करिए भाई लूडो खेडदा सड़िया दुनिया पबजी तक पहुँच गई तुम यहाँ संगरूर वाले लूडो चुना निकलो है बंद करें करती भाई की हो गया भाई कोई बात नहीं भाई दस दे भाई कोई बात नहीं दस दे दस के भाई सैफ की हो गया फीवर होने लग रहा उन्हें भाई बताना मत करने मैनू सुन के शर्म आ मैं कि बोलना चल बिना तुड़के तुड़के मेरा सारा आलू जा बुक ही जाता ओ संजय कुमार जी अज तो बाद तेरे हाथ मैं फोन जा देख लेना चक के कंध ना मारू चलो भाई चलिए Oh, my God.
जे सोचना हो गई जे सोची लखवार बहुत शौक है ना तेनू टॉर्चर ते रैगिंग करन दा असल विच अज पता लगना तेनू टॉर्चर दी फीलिंग की हुंदी है कॉलेज प्रेसिडेंट चौंटी चौंटी साढ़े कुत्ते दा ना है वह भी भावुक ते ईमानदार है जो कि तू नहीं लगता तू मैनू जानदा नहीं अजे तक क्यों मौत दे मुंह विच हाथ पा रहे जान दे मैनू जान दे मैनू उन्हें भी तेनू इदां ही किया सी तू जान दिता सी प्यार करदा मैं उन्हूं उन्हूं तां बेचारी नूं पता भी नहीं पर तू की जाने प्यार हुंदा की है याद कर याद कर तेरी क्लास दी टॉपर कुदरत कुदरत मेरी बेस्ट फ्रेंड आज ना सर ने टेस्ट पाना है तो मेनू नकल मरवा दी प्लीज तू पढ़ के क्यों नहीं आई यार देख मैं तेरे जिन इंटेलिजेंट तो नहीं हूं कि एक बार जो भी पढ़ा वो मेरे दिमाग च छप जाए सो प्लीज मरवा दी ना नकल चल ठीक है आ गया तेरा सॉरी बैठ बैठ तो चल भाई के देखने लग रहा है ओ वेख तेरे वल किने वेख रहा है ओ प्लीज चेंज द टॉपिक यार अच्छा मेरी गल सुन मेनू ना बहुत भूख लगी है लेक्चर तो बाद कुछ खाण चलिए चल ठीक है भुख लगी है कि तोड़ लगी है हाँ हाँ दोनों बहुत शौक है ना तेनू फीम खान का हाँ ले खा फिर ओ हेलो कोई पानी लेके आयो ओ सॉरी मूत लेके आयो ये लिए जिन्नी गंदी तेरी सोच है ना उस मुताबक खाना पीना भी होना चाहिए कि नहीं तू जानदा नहीं मैनू गलत कर रहे तू गलत कर रहे गलत गलत तेनू अज पता लगा गलत की होंदा चल खा पी ते ऐश कर अज तो बाद तेनू फीम दी थां ते बकरी दियां मिंगणा ते शराब दी थां ते मूत मिलू ओही झोटे दा हेलो हेलो वधिया भाई जी सत श्री अकाल जी समर ये की हो रहा है मेरे भरा दी हाल तक कोई उपसुक नहीं मिली उसने जमीन खा गई जा आसमान निकल गया बाजी तुसी टेंशन ना लो मैं करदा कुछ गल सुन मोहाली दा एसएसपी मेरा यार दोस्त है उसने एक इंस्पेक्टर की ड्यूटी लाई है इसका नाम है अनिकेत सिंह देओल बंदा ईमानदार है बेनती करके इन्वेस्टिगेशन अंदर खाते करवानी है गल मीडिया तक नहीं जानी चाहिए जे गल मीडिया तक पहुंच गई तो मेरा तो सारा बिजनेस चौपट हो जाना समझ गया ना बाजी तुसी बिल्कुल टेंशन ना लो मैं देखता ठीक है हेलो अनिकेत जय हिंद सर जय हिंद तेनू ही केस दे रहा बहुत अंडरग्राउंड तरीके नाल केस सॉल्व करना है मेरे बहुत ही अजीज दोस्त दा छोटा भरा है ओनू यूनिवर्सिटी चो किसी ने किडनैप कर लिया उस नू लभना है ये केस तेरे तो बगैर कोई और नहीं सॉल्व कर सकता डोंट वरी सर मैं इस केस नू अपने वालों जल्द तो जल्द सॉल्व करने की कोशिश करूंगा आई डू माई बेस्ट गुड आई एक्सपेक्ट दिस फ्रॉम यू थैंक यू सर दलेर यूनिवर्सिटी जाके आना सारे जाने मेरी गल ध्यान ना सुनो
मैं पार्टी का प्रधान होने के नाते एक फैसला लिया। जिन्ना चेर जोंटी का कुछ पता नहीं लगता, मैं कैंपस का प्रधान गोली अनाउंस करता। जे किसी कोई इतराज है तो हूँ दसो। नहीं नहीं भाई, सानू कोई इतराज नहीं, थोड़ा हुक्म सिर मत्थे। ठीक है फिर, अज ही स्टूडेंट्स इकट्ठे करो, अनाउंस करते हैं। क्यों गोली भाई, जिम्मे थोड़ा सारा ठीक लगे। हाँ भाई मुंडे हो मुंडे चो समर केड़ा। मेरा नाम जी समर। सत श्रीकाल जी। सत श्रीकाल। आओ बैठो। थैंक यू डिजाइनर। हाँ जी। जा सर वास्ते बढ़िया चाह फड़ के लेके आ। चाह जी हुणे लेना। ठीक है जी। जोंटी दे केस दी इन्वेस्टिगेशन मैं ही कर रहा जी। किते कांड तुसी तां नहीं कीता? किहो जी गल्लां करदे हो सर? जोंटी मेरे भरावां तों वी वध के है। मजाक करदा सी, तुसी तां सीरियस ही लै गए। अच्छा समर जी, मैनू इस केस बारे थोड़ा जिहा डिटेल विच दस सकदे हो? हाँ जी बिल्कुल। रिजल्ट तक जोंटी साडे नाल ही सी। सब किसने किया, कदों किया, क्यों किया, किसने कुछ पता नहीं? किसे ते कोई शक? शक तो किसे ते नहीं। चलो देखते हैं कि सप निकलता। चंगा हूं तो आना जाना लग्या ही रहना, जिन्ना टाइम ये केस नहीं सोल्व होता। चाह बहुत स्वाद से माल पाया जी। की कहा सारे ਜੌਂਟੀ ਨੂੰ ਲੈ ਕੇ ਥੋੜ੍ਹਾ ਜਿਹਾ ਸਦਮੇ 'ਚ ਹੈ। ਮੈਂ ਤਾਂ ਕਰਕੇ ਐਵੇਂ ਦੀਆਂ ਗੱਲਾਂ ਕਰਦਾ। ਮੈਂ ਯਾਦ ਆਉਂਦੇ ਜੀ। ਠੀਕ ਆ ਚੱਲ ਵੀ ਦਲੇਰ ਸਿਆ। ਡਿਜ਼ਾਈਨਰ ਜੀ। ਹਾਂਜੀ ਬਾਈ। ਅੱਜ ਤਾਂ ਭੋਰਤੀ, ਜੇ ਅੱਗੇ ਤੋਂ ਇਹੋ ਜਿਹੀ ਗਲਤੀ ਕੀਤੀ ਨਾ ਸਾਲੇ ਸਾਰੇ ਡਿਜ਼ਾਈਨ 'ਚ ਝਾੜ ਦਊਂ। ਸੌਰੀ ਬਾਈ, ਫਲੋਜ 'ਚ ਨਿਕਲ ਗਿਆ ਸਾਲਾ। ਫਿਰ ਉਹਦਾ ਉਲਟੀ ਕਰਨ ਲੱਗਿਆ, ਮਿੱਟ ਮਾਰਦਾ। ਚੱਲੀਏ ਬਾਈ। ਚਲੋ ਓਏ ਚੱਲ ਹੁਣ। ਮੇਰੇ ਸਾਲੇ ਦੀ ਨੂੰ ਜਦ ਵੀ ਦੇਖਦਾ ਨਚੋੜ ਕੇ ਰੱਖ ਦਿੰਦੀ ਹੈ। ਜੋਟੀ ਛੱਡ ਯਾਰ, ਸ਼ਰੀਫ ਕੁੜੀ ਆ ਵਿਚਾਰੀ, ਤੇਰੇ ਨਹੀਂ ਹੱਥ ਆਉਣੀ। ਉਹ ਤੂੰ ਮੋਟੀਵੇਸ਼ਨ ਤਾਂ ਕੀ ਦੇਣੀ ਆ, ਤੂੰ ਸਾਲਿਆ ਡਰਾਉਣ ਲੱਗ ਜਾ ਕਰ। ਮੈਂ ਤਾਂ ਤੈਨੂੰ ਸਹੀ ਰਹਿ ਦਿੰਦਾ ਜੋਟੀ, ਫਿਰ ਵੀ ਬੰਦਾ ਹੌਸਲਾ ਤਾਂ ਦੇ ਸਕਦਾ। ਚੱਲ ਚੰਗਾ, ਦੇਖ ਲੈ ਫਿਰ ਟਰਾਈ ਬਾਲ ਪਾ ਕੇ ਤੂੰ ਵੀ। ਅੱਛਾ ਚੱਲ ਆ ਪਿੱਛੇ। ਸ਼ਿੱਟੀ ਯਾਰ, ਕੁਦਰਤ ਉਹ ਆਪਣੇ ਪਿੱਛੇ ਆ ਰਹੇ ਨੇ, ਆਪਾਂ ਨੂੰ ਫੋਲੋ ਕਰ ਰਹੇ ਨੇ ਯਾਰ। ਮਨੂ ਪਲੀਜ਼ ਇਗਨੋਰ ਕਰ। ਹੈਲੋ, ਮੈਂ ਆਰਡਰ ਦੇ ਕੇ ਆਉਂਦੀ ਹਾਂ। ਭਗਾਈ ਨਾਲੋਂ ਅੱਜ ਸਾਲਾ ਇੱਕ ਪਾਸਾ ਕਰ ਹੀ ਦੇਈਏ, ਕਿਉਂ ਡਿਜਾਈਨ ਨਾਲ ਕੁਦਰਤ ਤੋਂ ਫੇਰ ਆ ਗਏ ਨੇ ਪਿੱਛੇ ਯਾਰ। ਹੈਲੋ, ਮੈਨੂੰ ਤਾਂ ਤੂੰ ਜਾਣਦੀ ਹੋ ਆ ਜੌਂਟੀ। ਫੇਰ ਕੀ, ਮੈਨੂੰ ਵਧੀਆ ਲੱਗਦੀ ਹੈ ਪਰ ਮੈਨੂੰ ਤੂੰ ਨਹੀਂ ਵਧੀਆ ਲੱਗਦਾ। ਤੈਨੂੰ ਪਤਾ ਵੀ ਹੈ ਕੌਣ ਹੈ? ਤੁਸੀਂ ਸਮਝ ਕੇ ਰੱਖਿਆ ਆਪਣੇ ਆਪ ਨੂੰ ਕੁਦਰਤ। ਕੁਦਰਤ ਪਲੀਜ਼। ਨਹੀਂ ਨਹੀਂ ਮਨੂ, ਬੋਲਣ ਦੇ ਅੱਜ ਮੈਨੂੰ। ਤੁਹਾਨੂੰ ਮੈਨਰਸ ਨਹੀਂ ਕਿ ਕੁੜੀ ਨਾਲ ਕਿਵੇਂ ਗੱਲ ਕਰਦੇ? ਤੁਸੀਂ ਇਸ ਕੈਂਪਸ ਨੂੰ ਆਪਣੇ ਪਿਓ ਦੀ ਜਗੀਰ ਸਮਝਿਆ ਹੋਇਆ? ਮੈਨੂੰ ਤੰਗ ਕਰਨਾ ਬੰਦ ਕਰੋ, ਮੈਂ ਇੱਥੇ ਪੜ੍ਹਨ ਆਉਣੀ ਹੈ, ਤੁਹਾਡੇ ਵਾਂਗੂ ਆਸ਼ਕੀਆਂ ਕਰਨ ਨਹੀਂ। ਚੱਲ ਮਨੂ। चल भाई डिजाइनर। ओदी मां दी, ओदी हिम्मत किवें हुई मैनू जवाब देण दी? जिथे साडी बेइज्जती हुई आ उसे थां ते नंगी करूं सली नू। ओ बस कर भरावा, पै जा जाके कल दी कल देख लांगे। जानते भाई टेंशन लेने का नहीं, टेंशन देने का। वाट लगा देंगे साली की वाट। हम्म।
छड़ता नहीं सारियां दे सामने जलील करूं सली नूं डीनर जोंटी ले रूम च बस बहुत हो गया जोंटी भाई जोंटी चल खड़ा हो खड़ा हो जोंटी खड़ा चलो नहीं नहीं करते उस दिन आई टालो श्रद्धा भाई होल्ड यू वाच लगा रहे हैं भाई ओ बूंदी तेरे यार डिजाइनर तभी औखा ही है साला ला के दो लंडू जो पैकेट वास्ता वाला संजय दत्त बन जाता है की चल पै जाके तू भी चल वे संजय दत्त संजय कुमार आप ही पइए यार जाके खुद नू नहीं पता मेरे विच इन्नी हिम्मत ते दलेरी कित्थों आ गई गुस्से च की बोल गई हुण अग्गे की होना है रब ही जानदा है कुदरत तेनू फ्रेंड होण दे नाते एक सलाह दवा की तू ए यूनिवर्सिटी छड के पिंड चली जा क्यों मनु मैं एहो जो भी की गुनाह कर दिता कुदरत ओ जानवरा तो भी वध के ने की पता कदों किथे की करते दीदी मनु दी सही कह रहे ने सारी यूनिवर्सिटी ओना दे गुंडा राजा तुसी सचरे सचरे चले जाओ वाह ए मेरे रब्बा मेरा भारत महान मेरा भारत वाकई महान है जिथे आजादी नु नी गुलामी नु बढ़ावा दिता जांदा है औरत नु औरत होन दा शराब दिता जांदा है आई नो तुसी अपनी जगह सही हो मेरे पले ले ही कह रहे हो पर मैं अपने डैड दे सपनियां नु मार भी नहीं सकती मनु अपना लास्ट ईयर है तू खुद दस एक छोटी जी गल पीछे एदा आदमी च कार छड़ के किवे चली जावा सर टॉपिक शुरू कर लेंदे ने पर एक्सप्लेन नहीं करना होता सही गल है यार मैनू भी ना नींद आने लग जाती है संधु सर दे लेक्चर च प्लीज यार कोई होर गल करो कितना बोर कर रही हो तुसी मनु तू स्टडी तो इतना भजदी क्यों है देख एमए पीएचडी करके भी रहना तो बेरोजगारी है की फायदा फिर फालतू दी टेंशन ना लेने दा ओह अच्छा कितनी इंटेलिजेंट हो गई है मेरी फ्रेंड तू केड़ा घट इंटेलिजेंट है बैठो क्लास दी तेनू बेइज्जती करन दा बहुत शौक है ना चल जे चिखी या चलाउन दी कोशिश कीती ना तां सौ तेरे प्यो दी हथी छोड़ दूं चल प्यार कर जोटी छड़ ना गल सुनो भी डियर स्टूडेंट्स इत्थे किसे ने कुछ नहीं देखा जे बड़ा ना हक जा जताउन दी कोशिश कीती तां इत्थे हक हलाल कर देंगे अज तो बाद यूनी च मैनू किते भी दिखाई दित्ती ना तां तेरे नाल आही कुछ होणा क्योंकि जिवें जिवें तू मैनू दिखाई देंगी मेरे प्यार दा असर वध ही जाऊ चोटी छड़ इन चल तेनू रोण का कोई हक नहीं रोंदे तो बेकसूर होंदे ने तू तो फिर भी कसूरवार है तू तो सिर्फ चीख चीख
कमल क्यों कुछ याद आया चल पी एंजॉय कर कम ऑन कमल लेट्स एंजॉय डार्लिंग नहीं नो थैंक्स मेनू ये सब पसंद नहीं है एक मिनट मैं देख के आऊंगी सॉरी मेनू ना कर दी है मां दी पैग तो तू लाएंगी कमल डार्लिंग जॉन्टी नो ना सुनन की आदत नहीं सॉरी कमल मैनू नहीं पता सी तैनू एहो जिहा माहौल पसंद नहीं है इट्स ओके रितिका जे मैनू पता हुंदा कि नाइट आउट पार्टी इहनां दे नाल है तां मैं कदे वी ना आउंदी डिजाइनर हां जी भाई पार्टी चल तू हुन रेस्ट कर ले जे कोई भी प्रॉब्लम हुई तां कॉल मी ठीक है गल सुन मूड बनिया होया तो रितिका नू कवर कर मैं चल मार दा भाई कोई चक्कर नहीं चक देंगे पट्टे समझो रितिका रखी ठीक है रितिका गल सुनियो चल मैं हुनी आई हाँ डिजाइनर की है यार इतने खड़े हो तुम चलो जो डांस कर दें हाँ हाँ चलो कम ऑन एंजॉय द पार्टी तेनू मनाउण तू गुस्से होके आ गई है पैग भी नहीं लाया मैं तेनू कहा ना मेनू ये सब पसंद नहीं प्लीज इत्थों चला जा चुपचाप पी चल रितिका तो उधर डिजाइनर नाल लगी हुई है ओ माय बेबी अभी तो पार्टी शुरू हुई है स्वाद आ गया इन्ना का कम सी सली हुई रोला पाई गई पियोन दा बहुत शौक है ना चल पी एंजॉय कर जान दिया तेनू मैं
एक मेरे मुंह फटना है ना। चल मुंह खोल। पी 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 पी। बस 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 कमल, संभाल अपने आप, हले तो बहुत कुछ करना बाकी है। थैंक यू वीरे। थैंक यू भी कह रही है ते वीरा भी कह रही है, चली ना होवे ता। जॉन्टी दा कैंपस विच बिहेव कहो जिया सी? सर वो तो बहुत ही रूड ते घटिया किस्म दा इंसान सी। अच्छा ओ किदा? सर सब नु पता है, सिक्योरिटी गार्ड तो लेके वाइस चांसलर तक, के जॉन्टी किन्ना को होनहार स्टूडेंट सी। ये तो एक ना एक दिन होने ही सी। अच्छा ओ किवें? सर जॉन्टी एक नंबर का घमंडी ते हंकारी मुंडा सी, ते हरेक नाल धक्का करना उहदी फितरत सी। पर सर एहो जे नीच बंदे दी इन्वेस्टिगेशन करन दा थोनू की फायदा? इट्स माय ड्यूटी। बाकी रही गल जॉन्टी नू किडनैप करन दी, ओनू किसने ते किस दे सहयोग नाल कीता, मैं बहुत जल्द पता कर ही लेना। एनीवे इस केस बारे थोनू कुछ भी पता लग्या तां मैनू जरूर इनफॉर्म करियो। थैंक यू। अगली बार तुसी आप डबल ऑर्डर कर रहे। थैंक यू। आना कद टाइम कट के कद मिल के कर दें गल। ओके सर, थैंक यू। सत श्रीकाल भाई जी। सत श्रीकाल भाई जी। की लोगे? नहीं भाई थैंक यू जी, कुछ नहीं। वो संगो ना, वैसे तो मैनू पता ही है भाई, जे गल तो मुका लो कुछ। हेलो पटेल पार्टी, असमान भेजो छेती। और फिर? हाँ सच, इंस्पेक्टर कुछ कर रहे कि नहीं? पता नहीं भाई जी, कुछ समझ नहीं आ रहा मैनू। तो ये राजनीति ते बिजनेस ना गर्म खून दे बंदियां दा काम नहीं, एक एक कदम सौ सौ बारी सोच के पुटना पैंदा। ते मेरा जौंटी भरा भी थोड़ा जिहा कुछ ज़्यादा गर्म खून दा है, वैसे इहदे विच उहदा भी कोई कसूर नहीं, कसूर ही मेरा है ते भुगत भी तो मैं ही रहा। हाँ सच, ओ कैंपस च तुहाडे बराबर दा ओ ग्रुप किहड़ा है? नहीं भाई कोई भी नहीं, कोई भी नहीं, सारे पासे अपनी डंका बजदा है, इसे गल दी तां समझ नहीं आ रही। समर कुछ करो यार, मैनू मेरा भरा जौंटी चाहिए, पता नहीं किहड़े हालात च होना। तुसी पैसे दी टेंशन ना लो, वो मेरी टेंशन है, बस मैनू मेरा भरा लिया के दे दो। भाई तुसी टेंशन ना लो, असी जरूर लेके आवांगे। भाई मुंडे नूं तां मैं कम ते लाया होया, दिन रात एक कीता होया उन्होंने, हुण भी कितना कितने उन्हूं लभ ही रहे ने। सब तो पहला थोड़ा सारिआं दा थैंक यू, जो तुसीं साडे निक्के जिहे सदे ते इत्थे सारे जणे इकट्ठे होए हो। अपने इत्थे इकट्ठे होण दा मकसद तकरीबन थोनूं सारिआं नूं पता ही है कि जौंटी किसे साजिश दा शिकार हो गया, ते जदों तक जौंटी वापस नहीं आ जांदा उदों तक पार्टी दा प्रधान होण दे नाते कैंपस दा प्रधान गुरपिंदर गोली नूं ऐलान करदा। गोली प्रधान जिंदाबाद, गोली प्रधान जिंदाबाद, गोली प्रधान जिंदाबाद। तारियां 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 तारियां। कृपेंद्र गोली थोड़े सारे नाल दो शब्द सांझे करनगे। सब तो पहला तो मैं समर भाई ते पार्टी का धन्यवाद करना चाहना, जिन्होंने मैनू इस अहुदे दे काबल समझे। मैनू इस दी रत्ती भर भी खुशी नहीं, सगों बहुत ज्यादा दुख है। जौंटी का इस तरह किडनैप हो जाना साढ़े सारे लिए बहुत वड्डा सवाल बनया होया। एक घिनौनी हरकत किसने ते क्यों की, इहदा तां असीं बहुत जल्दी पता लवा ही लवांगे। बाकी
ਤੁਸੀਂ ਸਾਰੇ ਇਸੇ ਤਰ੍ਹਾਂ ਸਾਥ ਦਿੰਦੇ ਰਹੋ। ਸਭ ਦਾ ਬਹੁਤ ਜੈ ਹੋ ਜੈ ਹੋ ਗੋਲੀ ਪ੍ਰਧਾਨ ਜੈ ਹੋ ਜੈ ਹੋ। ਓਏ ਆ ਕੀ ਕਹੀ ਜਾਂਦੇ ਹੋ, ਨਾਲੇ ਆ ਰੰਗਰਲੀਆਂ ਮਨਾਉਣ ਦਾ ਟਾਈਮ ਨਹੀਂ ਹੈਗਾ। ਜਿਹੜਾ ਤੁਹਾਡਾ ਬਾਪ ਗਾਇਬ ਹੋਇਆ ਨਾ, ਉਹਦੇ ਬਾਰੇ ਸੋਚੋ, ਉਹਨੂੰ ਲੱਭੋ ਪਹਿਲਾਂ ਜਾ ਕੇ। ਸਾਲੇ ਬਕਵਾਸ ਕਰੀ ਜਾਂਦੇ, ਲੱਗਦਾ ਮੈਨੂੰ ਹੀ ਕਰਨਾ ਪੈਣਾ ਕੁਛ। ਜਿੱਤੇ ਅੱਜ ਆਪਾਂ ਬਾਈ ਕੋਲ ਚੱਲ ਕੇ ਆਉਣਾ। ਗੋਲੀ ਬਾਈ ਸਤਿ ਸ਼੍ਰੀ ਅਕਾਲ। ਬਾਜੀ ਮੈਂ ਤਾਂ ਕਹਿੰਦਾ ਜੀ ਪ੍ਰਧਾਨ ਸਾਹਿਬ ਬਣੇ ਤੁਹਾਡੇ ਲਈ ਹੈ, ਚਾਹੇ ਅੱਗੇ ਲਾ ਲਓ ਪ੍ਰਧਾਨ ਗੋਲੀ, ਚਾਹੇ ਪਿੱਛੇ ਲਾ ਲਓ ਗੋਲੀ ਪ੍ਰਧਾਨ। ਜਮੰਡ ਗੱਲ ਬਾਤ ਹੋ ਗਿਆ ਬਾਈ, ਫੂਕ ਛਕਾਉਣੀ ਬੰਦ ਕਰੋ, ਕੰਮ ਦੱਸੋ ਕੀ ਹੈ। ਬਾਈ ਜਿੱਤੇ ਆ, ਇੱਕ ਚੱਕਮੀ ਜੀ ਪਾਰਟੀ ਤੋਂ ਬਣਤੀ ਹੈ। ਦੇਖੋ ਪ੍ਰਧਾਨ ਸਾਹਿਬ, ਅਸੀਂ ਆਪਣਾ ਪੂਰਾ ਜ਼ੋਰ ਲਾ ਦਿੱਤਾ, ਉਹ ਸਾਡਾ ਨਾਰੇ ਲਾਲਾ ਥੁੱਕ ਲੈ ਹੋ ਰਿਹਾ, ਸਾਨੂੰ ਤਾਂ ਵੀ ਨਹੀਂ ਮਿਲੀ। ਡਿਜੈਂਦਰ ਬਾਈ ਡਿਜੈਂਦਰ ਕੀ ਕਹਿੰਦੇ, ਪਾਰਟੀ ਬਣ ਦਿਓ ਪਾਰਟੀ ਬਣ ਦਿਓ। ਗੋਲੀ ਬਾਈ ਫਿਰ ਬਣਾ ਲੈਣੇ ਹੱਥ ਨੇ ਪ੍ਰੋਗਰਾਮ। ਉਹ ਸਾਲੇ ਆਪ ਬਾਈ ਤਾਂ ਕਹਿ ਕੇ ਗਿਆ ਵੀ ਰੰਗ ਰਲੀਆਂ ਮਨਾਉਣੀਆਂ ਨਹੀਂ, ਉਹਨੂੰ ਕਿਹੜਾ ਪਤਾ ਲੱਗਣ ਦੇਣਾ ਆਪਾਂ। ਓਏ ਹਾਂਜੀ ਬਾਈ, ਆ ਜਾਓ ਹੱਥ ਨੇ ਫਿਰ ਕੱਢਦਿਆਂ ਸਾਲੇ ਤੁਹਾਡੀਆਂ ਵੀ ਕੱਢ। ਥੈਂਕ ਯੂ ਬਾਈ। ਹਾਂ ਬਾਈ ਬੰਦਤੀ ਹਾਂ, ਚਲੋ ਠੀਕ ਹੈ ਫਿਰ, ਠੀਕ ਹੈ ਬਾਈ, ਆ ਜਾਓ ਕੋਈ ਨਾ ਸ਼ਾਮ। ਹਾਂ ਬਾਈ ਮਿਲਦੇ ਹਾਂ ਫਿਰ ਪਾਰਟੀ ਤੇ। ਬਾਈ ਸਾਹਿਬ ਜ਼ਿੰਦਾਬਾਦ, ਗੋਲੀ ਪ੍ਰਧਾਨ ਜ਼ਿੰਦਾਬਾਦ, ਜ਼ਿੰਦਾਬਾਦ ਇੱਥੇ ਲਿਆ ਕੇ ਤਾਂ ਰੂਹ ਖੁਸ਼ ਕਰਤੀ। ਗੋਲੀ ਪ੍ਰਧਾਨ ਜ਼ਿੰਦਾਬਾਦ। ਸਾਲੇ ਉਹ ਸਾਰੇ ਦੇਖ ਰਹੇ ਨੇ, ਅੱਜ ਨਾ ਰੋਕ। ਓਏ ਅੱਜ ਤਾਂ ਬੜੀ ਖੁਸ਼ੀ ਹੋਈ ਭਈ ਪ੍ਰਧਾਨ। ਚੁੱਪ, ਚਲੋ ਕਰੋ ਇੰਜੋਏ। ਹਾਂ ਬਾਈ, ਇਹ ਸੜੇ ਇੰਨੇ ਸੱਚੀ ਖੁਸ਼ ਨੇ ਕਿ ਡਰਾਮਾ ਕਰ ਰਹੇ ਨੇ ਓਏ। ਉਹ ਬਾਈ ਤੁਸੀਂ ਕੀ ਲੈਣਾ, ਤੁਸੀਂ ਚੱਲ ਮਾਰੋ ਚੱਲ। ਤਾਰਾ 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 ਰਾ 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 ਤਾਰਾ 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 ਰਾ 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 ਝੁੱਲੇ ਕੁੜੀਏ ਉਹ ਕੁੜੀਏ ਮੇਰੀ ਚ ਕੋਈ ਨੀ ਲੱਭਣਾ ਤੇਰੇ ਨਾਲ ਨਾਲ ਤੇਰੇ ਨਾਲ ਮੈਂ ਹੀ ਫੱਬਣਾ ਛੋਲੇ ਉਹ ਛੋਲੇ। ਚੱਚ ਚੱਚ ਤੂੰ ਚੱਚ ਚੱਚ ਤੂੰ
हेलो हाँ जी भाई जी हाँ गोली कितने हो कोठी वाले आ रहे जी तुसी कितने हो मैं कोठी हूँ छेदी आ गई बस डियंदर ओडियंदर ओडियंदर कौन है ना मावू इसके बहन की सलेख साड़ियाँ काट डाफ लेंदा सॉरी भाई उल्टी ना कर दी उनका टीचर करूँ मैं करूँ ये मेरा मन गीता मैं मूत भी करूं साला पहला बाई बाई करता सी हुन मूत नू करदा टाटा पुत ता माफ करदा ना तेनू ओए आतवादी नहीं ओए आतवादी ना क्या कर रे ना साले में लेते दे कर जे मैं अमेरिका याले आ गए ओए तेनू हुन गोली मारन गे गोली हेलो हेलो कोई हैगा मेरे पेशाब दा जोर पिया वा पेशाब जाना पैण कोई हैगा मेरा पेशाब जाना मेरे पेशाब दा जोर पिया मैं पेशाब जाना ओए मेरे गोली मार दो पैर दो मिस्टर जॉन्टी निकल रहे ने फिर वाटर कमल आ फनी सॉरी थोड़ा या लेट हो गए तेरे डिनर दे चक्कर पर की करिए तेरी चॉइस भी तो सब तो लग है बहुत औखा मिले तेरा पसंदीदा खाना आ की होए साले आप वेट नहीं कर सकता सी चलो कोई गल नहीं वीरे एनु भुख लगी होनी है तू खाना परोस दे एनु कहंदे इंसानियत भुख लगी होए हाँ बहुत पर मैनु पहला कपड़े चेंज कर लेण दे क्यों भुआ कोले आया साल्या जिन्ने दिन साडे कोले ना इना कपड़ियां च ही रहेगा एडजस्ट करना सीख चल डिनर कर प्लीज मैनु जाण दे तुसी जो कहोगे मैं करूंगा अच्छा चल पहला डिनर कर ए की है आके देख ले तेरा खाना है कमला वीडियो बना फेसबुक ते पावांगे आके सब नु पता तो लगे वड्या घरां दे काके खाना किवें खांदे ने चल खा मैनू गोली मार दो इधर करो प्लीज ओ बल्ले ओ चलाक सज्जना इत्थे अमलां दे होणे ने नबेड़े किसे ना तेरी जात पुछनी ओ गोली नहीं ओए गोहा खा ਤੁਸੀਂ ਮੈਨੂੰ ਪੈਸੇ ਦੱਸੋ ਕਿੰਨੇ ਚਾਹੀਦੇ ਨੇ ਮੈਂ ਦੇ ਦੂੰ ਪਰ ਪਲੀਜ਼ ਮੈਨੂੰ ਚਾਰ ਦਿਓ ਤੈਨੂੰ ਪਤਾ ਹੈ ਡਿਨਰ 'ਚ ਗੋਹਾ ਕਿਉਂ ਚੂਜ਼ ਕੀਤਾ ਤੇਰੇ ਲਈ ਤੇਰੀ ਜਿਹੜੀ ਸ਼ਕਲ ਹੈ ਨਾ ਉਹ ਟੱਟੀ ਵਾਲੇ ਭੂੰਡ ਨਾਲ ਮਿਲਦੀ ਹੈ ਸਾਨੂੰ ਤੇਰੇ ਤੇ ਭੂੰਡ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਤਾਂ ਕਰਕੇ ਅਸੀਂ ਸੋਚਿਆ ਜੇ ਤੈਨੂੰ ਰੋਟੀ ਖਵਾਤੀ ਕਿਤੇ ਤੂੰ ਬਿਮਾਰ ਹੀ ਨਾ ਹੋ ਜਾਏ ਚੱਲ ਖਾ ਪਲੀਜ਼ ਪਰ ਵੀਰੇ ਇਹਦੇ ਤਾਂ ਹੱਥ ਬੰਨੇ ਆ ਤੁਸੀਂ ਉਹ ਖਵਾ ਦਿਓ ਇਹਨੂੰ ਮੈਂ ਤਾਂ ਭੁੱਲੇ ਗਿਆ ਸੀ ਟੱਟੀ ਵਾਲੇ ਭੂੰਡ ਦੇ ਤਾਂ ਹੱਥ ਬੰਨੇ ਹੋਏ ਐ ਚੱਲ ਮੈਂ ਕਰਾਉਣਾ ਡਿਨਰ ਕਮਲ ਫੜਤਾ ਜਰਾ ਚੱਲ ਮੂੰਹ ਖੋਲ ਮੂੰਹ
ਰੇ ਤੂੰ ਤੂੰ ਅਚਾਨਕ ਕਿਵੇਂ ਤੁਹਾਡਾ ਫੋਨ ਨਹੀਂ ਲੱਗ ਰਿਹਾ ਸੀ ਪੂਰੇ ਇੱਕ ਘੰਟੇ ਤੋਂ ਟਰਾਈ ਕਰ ਰਹੀ ਹਾਂ ਉਹ ਹਾਂ ਨੈਟਵਰਕ ਪ੍ਰੋਬਲਮ ਸ਼ੋ ਕਰ ਰਿਹਾ ਮੈਨੂੰ ਤਾਂ ਟੈਨਸ਼ਨ ਹੋਈ ਪਈ ਸੀ ਤੂੰ ਟੈਨਸ਼ਨ ਨਾ ਲਿਆ ਕਰ ਕੁੜੀਏ ਆਪਾਂ ਨੂੰ ਕੁਝ ਨਹੀਂ ਹੁੰਦਾ ਚੱਲ ਤੈਨੂੰ ਪ੍ਰੈਜ਼ੀਡੈਂਟ ਸਾਹਿਬ ਦੇ ਦਰਸ਼ਨ ਕਰਾਈਏ ਹੁਣ ਸਹੀ ਹੈ ਤੂੰ ਸੋਚਦਾ ਹੋਵੇਗਾ ਮੈਂ ਕੌਣ ਤੂੰ ਨਹੀਂ ਮੈਨੂੰ ਜਾਣਦਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਪਰ ਜਿਹਨੂੰ ਤੂੰ ਜਾਣਦਾ ਸੀ ਉਹ ਵੀ ਤੈਨੂੰ ਚੇਤੇ ਕਰਾਵਾਂਗੇ ਚਲ ਓਏ ਐਕਸੈਪਟ ਕਰ ਤੂੰ ਆਦਮੀ ਨਹੀਂ ਜਾਨਵਰ ਨਾ ਜਾਨਵਰ ਵੀ ਨਹੀਂ ਉਸ ਤੋਂ ਵੀ ਨਿਚਲੀ ਕੈਟਾਗਰੀ ਦਾ ਗੰਦ ਹੈ ਜਿਹਦਾ ਰਹਿਣਾ ਖਾਣਾ ਪੀਣਾ ਗੰਦਗੀ ਤੋਂ ਸ਼ੁਰੂ ਹੁੰਦਾ ਤੇ ਗੰਦ ਕਿਤੇ ਖਤਮ ਹੁੰਦਾ ਚੱਲ ਬੋਲ ਬੋਲ ਸਾਰਿਆ ਜੇ ਨਾ ਬੋਲਿਆ ਤਾਂ ਤੇਰੀ ਪਿਸ਼ਾਬ ਵਾਲੀ ਨਾਲੀ ਕੱਟ ਦੂੰ ਸਾਰੀ ਉਮਰ ਪਿਸ਼ਾਬ ਕਰਨ ਨੂੰ ਤਰਸੇਗਾ ਬੋਲ ਕਮਲ ਵੀਡੀਓ ਬਣਾ ਦੇ ਮੈਂ ਇਨਸਾਨ ਨਹੀਂ ਜਾਨਵਰ ਵੀ ਨਹੀਂ ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ ਮੈਂ ਗੰਦ ਮੈਂ ਹਰ ਰੋਜ਼ ਗੋਹਾ ਖਾਂਦਾ ਮੂਤ ਪੀਂਦਾ ਇਹੀ ਮੇਰੀ ਰੋਜ਼ਾਨਾ ਦੀ ਖੁਰਾਕ ਹੈ ਕਿਉਂਕਿ ਮੇਰੀ ਸੋਚ ਗੰਦੀ ਹੈ ਬਸ ਬਸ ਕਮਲ ਬਹੁਤ ਹੈ ਅਸਲ ਵਿੱਚ ਨਾ ਇਹੀ ਤੇਰੀ ਔਕਾਤ ਹੈ ਕਮਲ ਵੀਡੀਓ ਕਿਵੇਂ ਬਣੀ ਆ ਆ ਦੇਖ ਲਓ ਵੀਰ ਜੀ ਸੋਹਣੀ ਬਣੀ ਆ ਮੈਂ ਇਨਸਾਨ ਨਹੀਂ ਜਾਨਵਰ ਵੀ ਨਹੀਂ ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ ਹੁਣ ਬਣੀ ਆ ਗੱਲ ਅੱਤਵਾਦੀ ਨਾ ਕਿਆ ਕਰ ਯਾਰ ਬੰਦੇ ਠੋਕ ਮੈਂ ਪਿੱਛੋਂ ਨਿਕਲ ਕੇ ਤੇਰੇ ਕੋਲ ਮਾਰੂਗਾ ਕਰ ਕਰ ਪਿੱਛੇ ਕਰ ਪਿੱਛੇ ਕਰ ਉਹ ਤੂੰ ਨਾ ਮਾਰ ਡਿਜ਼ਾਈਨਰ ਨੂੰ ਤੂੰ ਨਾ ਮਾਰ ਡਿਜ਼ਾਈਨਰ ਨੂੰ ਤੇਰੇ ਕੋਲ ਡਿਜ਼ਾਈਨਰ ਕੋਲ ਮਾਰੂਗਾ ਉਹ ਰਿਵਾਈਵ ਕਰ ਦੋ ਕੋਈ ਰੋਜੀ ਆਪਣਾ ਦੇਸ਼ ਪਤਾ ਤਰੱਕੀ ਕਿਉਂ ਨਹੀਂ ਕਰ ਰਿਹਾ ਹਾਂ ਪਤਾ ਜਿਵੇਂ ਆਪਣੇ ਕੈਂਪਸ ਦੀ ਵਾਗਡੋਰ ਹੈ ਨਾ ਬਾਂਦਰਾਂ ਦੇ ਹੱਥ ਫੜਾਈ ਹੋਈ ਹੈ ਨਾ ਉਵੇਂ ਆਪਣੇ ਦੇਸ਼ ਦੀ ਫੜਾਈ ਹੋਈ ਹੈ ਓਏ ਇਹਨਾਂ ਨੇ ਤਾਂ ਗਾਂਧੀ ਦੇ ਤਿੰਨੇ ਬਾਂਦਰਾਂ ਨੂੰ ਵੀ ਉਲਟਾ ਕਰਤਾ ਕਹਿੰਦੇ ਬੁਰਾ ਸੁਣੋ ਬੁਰਾ ਦੇਖੋ ਤੇ ਬੁਰਾ ਬੋਲੋ ਤੇ ਤਰੱਕੀ ਤੁਹਾਡੇ ਪੈਰਾਂ 'ਚ ਡੋਂਟ ਵਰੀ ਆ ਬਾਂਦਰ ਕਿੰਨਾ ਕੁ ਜੱਟ ਕੂਸੀਆਂ ਮਾਰ ਲੈਣਗੇ ਸਟੂਡੈਂਟਸ ਹੁਣ ਜਾਗ ਰਹੇ ਨੇ ਜੇ ਜਾਗ ਰਹੇ ਨੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਸਰਕਾਰ ਨੇ ਜਿਹੜਾ GST ਵਾਲਾ ਰੂਲ ਲਾਗੂ ਕੀਤਾ ਨਾ ਇੱਕ ਦਿਨ ਸੱਚ ਬੋਲਣ 'ਤੇ ਵੀ ਟੈਕਸ ਲਾ ਦੇਣਾ ਗੱਲ ਤਾਂ ਤੇਰੀ ਠੀਕ ਹੈ ਪਰਮ ਬਾਈ ਸਹੀ ਕਹਿੰਦਾ ਬਾਈ ਬਿਲਕੁਲ ਸਹੀ ਗੱਲ ਹੈ ਘੂਰਦਾ ਜੀ ਕੀ ਹੈ ਤੈਨੂੰ ਸੌਣ ਨੂੰ ਕਿਸਨੇ ਕਿਹਾ ਸੀ ਜਾਗ ਤੇਰੇ ਨਾਲ ਕਈ ਗੱਲਾਂ ਕਰਨੀਆਂ ਨੇ ਮੈਨੂੰ ਜਾਣ ਦੇ ਪੈਣਾ ਕੀ ਕਿਹਾ ਭੈਣ ਤੇਰੇ ਵਰਗਾ ਗੰਦ ਤਾਂ ਆਪਣੀ ਖਬਰਦਾਰ ਜੇ ਆਪਣੀ ਗੰਦੀ ਜ਼ੁਬਾਨ ਵਿੱਚੋਂ ਭੈਣ ਸ਼ਬਦ ਕੱਢਿਆ ਤਾਂ ਮੈਨੂੰ ਜਾਣ ਦੇ ਨਹੀਂ ਤਾਂ ਮੈਂ ਪਾਗਲ ਹੋ ਜਾਣਾ ਜਾ ਹੋ ਜਾ ਪਾਗਲ ਜਿਸ ਦਿਨ ਪਾਗਲ ਹੋ ਜਾਏਗਾ ਉਸ ਦਿਨ ਤੇਰੀ ਛੁੱਟੀ ਚੱਲ ਤੈਨੂੰ ਮੇਰੇ ਬਾਰੇ ਦੱਸਾਂ ਸੱਤੀ ਨੂੰ ਜਾਣਦਾ ਕੀ ਕਿਹਾ ਉਹੀ ਜਿਹੜੀ ਤੁਹਾਡੀ
ਦੀ ਕੋਠੀ ਵਿੱਚ ਹਰ ਰੋਜ਼ ਖਾਣਾ ਬਣਾ ਕੇ ਜਾਂਦੀ ਸੀ ਉਹ ਸੱਤੀ ਯਾਦ ਆਇਆ ਕੁਛ ਰਜਿੰਦਰ ਲੈ ਉਹ ਸੰਜੀ ਘਰ ਦੀ ਕੱਢੇ ਵੀ ਘਰ ਦੀ ਕੱਢੇ ਹੁੰਦੀ ਆ ਸੀਨਾ ਚੀਰਦੀ ਜਾਂਦੀ ਆ ਸਹੀ ਬੋਲਾ ਭਾਈ ਸਮਾਨ ਵੀ ਤਾਂ ਚੰਨ ਚੰਨ ਕਾ ਡਾਲਾ ਹੈ ਨਾ ਜਿੱਤੇ ਹਾਂ ਬਾਈ ਚੱਕ ਸਾਲਿਆ ਤੇਰਾ ਪੈ ਗੋਵੇਂ ਦੋਵੇਂ ਪਿਆ ਬਾਈ ਤੈਨੂੰ ਪਤਾ ਹੀ ਹੈ ਮੇਰੇ ਬਿਨਾਂ ਚਿਕਨ ਤੋਂ ਲੰਘਦੀ ਨਹੀਂ ਬੂੰਦੀ ਪਤਾ ਨਹੀਂ ਕਿੱਥੇ ਰਹਿ ਗਿਆ ਓਏ ਆ ਜਾਂਦਾ ਬੂੰਦੀ ਵੀ ਐਡੀ ਵੀ ਕੀ ਅੱਗ ਲੱਗੀ ਹੈ ਲੈ ਆ ਗਿਆ ਲੈ ਜਿੱਤੇ ਬਾਈ ਲਿਆ 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 ਬਹੁਤ ਮੁਸ਼ਕਿਲ ਨਾਲ ਲੈ ਕੇ ਆਇਆ ਇਹਨਾਂ ਕਾ ਪਾ ਕਰਾਂ ਪਲੇਟ 'ਚ ਜੀਤ ਮੇਰੇ ਕੋ ਭਾਈ ਕੋ ਲੱਗ ਪੀਸ ਡਾਲਨੇ ਕਾ ਬੂੰਦੀ ਹਾਂ ਬਾਈ ਜੇ ਸਲਿਆ ਹੁਣ ਕੁੜੀ ਦਾ ਇੰਤਜ਼ਾਮ ਕਰ ਦੇਵੇ ਨਾ ਸਵਾਦ ਆ ਜੇ ਗੋਲੀ ਵੀਰੇ ਮੇਰੀ ਗੱਲ ਸੁਣਿਓ ਹਾਂ ਹਾਂ ਆਉਣਾ ਇੱਕ ਮਿੰਟ ਗੋਲੀ ਇਹ ਵੀ ਚੱਲ ਜੂਏ ਜੋਟੀ ਕਿਹੋ ਜਿਹੀਆਂ ਗੱਲਾਂ ਕਰਦਾ ਯਾਰ ਉਹ ਆਪਣੀ ਕੋਠੀ 'ਚ ਕੰਮ ਕਰਦੀ ਮੈਂ ਕਿਹੜਾ ਕਹਿੰਦਾ ਵੀ ਇਕੱਠਾ ਕਰਦੀ ਹੈ ਮੇਰੇ ਵਾਸਤੇ ਸਾਰੀਆਂ ਇੱਕ ਬਰਾਬਰ ਨੇ ਕੰਮ ਚਾਹੇ ਉਹ ਹੋਵੇ ਚਾਹੇ ਆ ਬਿਜਿੰਦਰ ਸਮਝਾ ਯਾਰ ਮਾੜਾ ਮੋਟਾ ਭਾਈ ਇੱਕ ਪੈਗ ਔਰ ਲਗਾਣੇ ਕਾ ਚੁੱਪ ਕਰ ਤੁਸੀਂ ਆਪਣਾ ਇੰਜੋਏ ਕਰੋ ਮੈਂ ਆਪਣਾ ਇੰਜੋਏ ਕਰਦਾ ਭਾਈ ਵੀ ਆਪਣ ਕੇ ਤੇਰਾ ਜੱਦੀ ਸਾਲਾ ਚੇ ਡਰੇਗਾ ਮਾਰ ਡਰੇਗਾ ਕਾ ਡਰੇਗਾ ਫਾ ਡਰੇਗਾ ਇਹ ਬੂੰਦੀ ਜੀ ਭਾਈ ਪੈਗ ਡਰੇਗਾ ਆ ਜਾਓ ਕੀ ਚਾਹੀਦਾ ਪੈਸੇ ਚਾਹੀਦੇ ਸੀ ਵੀਰੇ ਜੌਂਟੀ ਜੌਂਟੀ ਆ ਨਾਮ ਮੇਰਾ ਇੱਕ ਮਿੰਟ ਦੰਨਾ ਕੁੰਡੀ ਕਿਉਂ ਲਾ ਰਹੇ ਹੋ ਵੀਰੇ ਜੌਂਟੀ ਇਹ ਸਲਾ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਸਾਰਾ ਮੂਡ ਖਰਾਬ ਕਰਤਾ ਕੀ ਗੱਲ ਡੈਡ ਬੋਡੀ ਨੂੰ ਦੇਖੀ ਕਦੇ ਚੱਕੋ ਸਾਲੀ ਨੂੰ ਦੱਬ ਦੋ ਜਾ ਕੇ ਮੂਡ ਖਰਾਬ ਕਰਕੇ ਰੱਖਦਾ ਸਾਲੀ ਇਹਨੂੰ
मैं अज इनू मार ही देना। तू की चाहनी इनू मुक्ति मिल जाए? ये तो यही चाहता कदों का। तू शांत हो जा, मैं तेरी फीलिंग्स नू समझदा ते कदर भी करदा। इदा जिंदा रहना बहुत जरूरी है। चल बह जा कुर्सी ते। कमल पानी लिया के दी प्रीत। बच गया साड़िया, हो गया जी किरेक्रम तेरा। ओए होए खून निकल रहा लत्तां गोडे गोडे भी दुख रहे होने। चल तू भी की याद रखेगा, तेरा किसी दरिया दिल बंदे ने वाह पिया सी। तेरे को 15 मिनट ने, भज सकता भज ले। वीरे ये की कर रहे है तू? आजाद कर रहे हैं, देखते हैं होंगे कि नहीं। मैं इस नुस्ते का कदम नहीं पुटन देना, आज मार देना है नू। बस प्लीज रिलैक्स हो, तमाशा देखो, तब 15 मिनट की खेड़ है। जॉन्टी चल निकल सकता था निकल। की हाल है दोस्त? बढ़िया सर, पर मैं सानू पछाणिया नहीं। मिस्टर एक खाकी वर्दी नू पछाणो, शायद पता तो लग ही गया होना ना। ऐदां तो पछाण लिया जी, पर तुसी मैनू रोकिया क्यों है जी? ऐ करके दलेर जी सर, एक्चुअली असी रस्ता भुल गए, कान्ने के पिंड जाना। सर तुसी सही जा रहे हो, एथो 6 किलोमीटर कान्ने के पिंड है जी, इस तो अगला पिंड ओही है जी। फिर तो घर का भी पता होना गुरमुख सिंह का, जिहदी कुड़ी कुदरत चंडीगढ़ पढ़ती सी। नहीं नहीं सर, मैं नहीं जानता जी, मेरा तो आही पिंड है जी। तो फिर कुछ पता करने की कोशिश कर। दलेर जी सर। ओके मिस्टर एकम। एकम थैंक यू। चल दलेर। चलो सर। सत श्री अकाल गुरमुख सिंह जी। सत श्री अकाल जी। सत श्री अकाल साहब, आओ बैठो। इस नूं तुसी जानदे हो? हाँ हाँ, इसे कमीने करके तो मेरी बच्ची दी जिंदगी खराब हुई है।
Excuse me. Hello. What is your name? Ruhi. Ruhi. Wow. Very nice. Very nice. Room very nice. Gana. Very nice. Which department? What? इसका कहने का मतलब है आपका डिग्री कौन सा है? Yes. Department. Yeah, yeah, yes, yeah. Yes, yes, yes. Yeah. Economics first year. And you? And me? Yeah, yeah. You? Me? Finance. Finance. क्या? Pharmacy. Oh, good. Sorry? Oh, nice phone. Same color. Oh, watch too. Same ball. Thank you. It's time to go to class. See you later. Bye-bye. Yeah, sure. Bye. हाँ दस किया. बोल. की होए? हाँ. ज़्यादा मैं गल कर रहा. तेनु विच बोलने दी की लोड सी. हाँ हाँ. तू ता जिमें बड़े लल्लर रहा थे. ओ देख. तेरी भाभी ना तेरी यार तू. इंप्रेस हो रही सी. भाभी. हिल गया भाभी. मैनू पता तू क्यों हंस रहे हैं? तेरे वर्गे ना छोटे लोग जैलसी फील करते हैं. जैलसी ओए पूरे यार तेरे चाहे जी की गल हो जिहड़ा तेरे तो मैं जैलसी करा है ओए नाले मैनू तेरे ते तरस आउंदा बाबे तेरी अंग्रेजी ते तरस आउंदा आखे फार्मेसी नू फनाइस है कमली है तू भी यार है साला अत्तवादी ना होवे ओए हूँ बोल साले पार्टी का तेनू देनी है पू होर कितना टाइम बचेगा चल पुत हूँ पार्टी दते बिना नहीं की गल बड़े साहस आई हुए पे हूं मैं इंसान नहीं जानवर भी नहीं मैं जानवर तो भी नीचे दी कैटागरी दा बीज तू क्यों चुप कर गया की होया मेरी रोजाना दी खुराक क्योंकि मेरी सोच गंदी मैं इंसान नहीं जानवर भी नहीं मैं जानवर तो भी नीचे दी कैटेगरी दा बीज मैं गंद मैं हर रोज गोहा खाना मूत पीना यही मेरी रोजाना दी खुराक खर्चा खड़िया ना तेनू मैं दसदा एक मिनट यो जानवर भी नहीं मैं जानवर तो भी नीचे दी कैटेगरी दा बीज मैं गंद मैं हर रोज गोहा खाना मूत पीना यही मेरी रोजाना दी खुराक है
हाँ भाई, दो गिलास जूस दे दे। हेलो, किमें आ खाकी वर्दी यार? आई मीन इंस्पेक्टर साहब कितने ड्यूटी कर रहे ने? इत्थे ही आ, लोकल जूस पीने की तैयारी है, आ जाओ तुसी भी पी लो। अच्छा, सीटा बन रही ने। वैसे ना तू पहला पुलिस वाला जो फिटनेस वाल ध्यान दे रहा, नहीं तो पंजाब पुलिस का सारा ध्यान ढिड वधाउण ते ही है। ओ हेलो, माइंड योर लैंग्वेज, बदनाम ना कर साडे डिपार्टमेंट नू, फड़ के अंदर कर दूं। अच्छा जी, कर दो फिर, घट्टो घट इसे बहाने में थोड़ी नजर सामने तो रहूंगी। चलो छोटो, आई दसो संडे नू मूवी देखन चलिए आपां? संडे नू देखदा, जा भी सकदा ते नहीं भी जा सकदा। हार्टलेस, होपलेस, रिडिकुलस, दुनिया का सब तो बोरिंग इंसान। बाय। हेलो हेलो, हेलो सर। इन्ना टाइम लगता जूस लेने नू, तेरे तो एक काम भी तरीके नाल नहीं होता। सॉरी सर, दलेर से हां भरजाई दा गुस्सा सब मेरे ते कड्डी जांदे। मेरे वाल के देखदा, जा जूस पी ले हुन। मैं इंसान नहीं, जानवर भी नहीं। हाँ देखो, जंटी दिख ले। ओह माय गॉड, दलेर ग्लास रख के भज गए। हेलो तनवीर जी। हाँ जी बलराज जी, की हाल है तुहाडा? जिहड़ी गल दा डर सी उही हो गया। तुहानू जांटी दी क्लिप बारे पता लग्या कुछ? हाँ जी हाँ, उही क्लिप देख के हटिया। मेरा सारा कुछ ठप हो जाना है, कुछ करो तनवीर जी। तुसी टेंशन ना लो, मैं करदा कुछ। हाँ भाई, सत श्रीकाल जी। जौंटी की क्लिप देखी? हाँ भाई देखी। साले वो करवाता ना कांड, एक भी कम तुसी ढंग नाल नहीं कर सकते। भाई मैंने तो आप नहीं समझा रहा की हो रहा, तुसी फिक्र ना करो, मैं करदा कुछ। गल सुन। हाँ जी। वो क्लिप वाली थान ध्यान नाल देख, ते पता कर जगह कितों दी, ते सारे ग्रुप के मुंडिया नूं लभण ते ला दे। जे हुण भी ना मिलिया ना तो याद रखी, कल्ले कल्ले नूं नंगा कर करके कुटूंगा मैं। भाई मैं देख। हाँ गोली। हाँ जी भाई, कितने जी तुसी? तुसी दसो तुसी कितने हो? असा यूनिवर्सिटी हाँ। अच्छा, वो वीडियो क्लिप जी देखी है जी, जोंटी वाली आई गल? हाँ मैं देखी। अब तू फोन रख, मैं तेरे ना के गल करता। ठीक है जी भाई। जोंटी भाई गोली भाई, क्लिप देखने तो बाद तरिया ही नहीं गया, साडे तो होश ही उड़ गए। भाई मैं तो वीडियो देख के चक्करा लग गई थी। ये तो बेहोशी हो गया सी जी, आधा घंटा जुत्तियां सुंघाण ते लग गया, ता साले नु होश आया जी, ता ही ता लेट हो गए जी आंदे आंदे। क्यों गप्प मारी जाना? मेरा मतलब कहने दा ए है कि जे इनु जुत्तियां ना सुंघाउंदा ता इनु होश नहीं सी आउणा। तोडे पैर ते छिगे, जे रोना सुर च ता रोपो जंटी भाई। सले ओ चुप करो, करू पारखा कडनैप होया मरिया नहीं हो, कमें बैंड पाउन लगे ने। भाई थोनू नहीं पता, जंटी भाई नाल इश्क सी मेरा।
ਬਈ ਜਿਵੇਂ ਮੇਰਾ ਤੁਹਾਡੇ ਨਾਲ ਹਨਾ ਓ ਇਹਨੂੰ ਚੁੱਪ ਕਰਾ ਲਓ ਮੇਰਾ ਸਾਲਾ ਟੌ ਸਾਰਾ ਫਲੋ ਖਰਾਬ ਕਰਤਾ ਰੋਣ ਦਾ ਕਿੱਥੇ ਸੀ ਮੈਂ ਰਤਨ ਨੇ ਕੀ ਪਤਾ ਇਸ਼ਕ ਕੀ ਹੋਵੇ ਹਾਂ ਜੌਂਟੀ ਬਾਈ ਨਾਲ ਦਿਲੋਂ ਇਸ਼ਕ ਸੀ ਮੇਰਾ ਇਸ਼ਕ ਨੂੰ ਸਾਲਾ ਮਸ਼ੂਕ ਸੀ ਕਰੀ ਉਹ ਮਸ਼ੂਕ ਤੋਂ ਵੀ ਵੱਧ ਕੇ ਸੀ ਇਹ ਗੱਲ ਬਾਈ ਤੁਹਾਡੇ ਸਮਝ ਨਹੀਂ ਆਉਣੀ ਪਰਲੇ ਪਾਰ ਦੀਆਂ ਗੱਲਾਂ ਨੇ ਹੋ ਗਿਆ ਹੁਣ ਉਰਲੇ ਪਾਰ ਆ ਜਾ ਇਹਨੂੰ ਦੇਖ ਕੇ ਸ਼ਾਇਦ ਲੋਕੇਸ਼ਨ ਦਾ ਪਤਾ ਲੱਗ ਜਾਏ ਆਹ ਦੇਖੋ ਇੱਧਰ ਦੇਖ ਸਾਰੇ ਕੁਝ ਸਮਝ ਦੇ ਦੇਖ ਧਿਆਨ ਨਾਲ ਉਹ ਪ੍ਰਧਾਨ ਅੱਖਾਂ ਦਾ ਖੋਲ ਲੈ ਫਿਰ ਇਹ ਦੇਖੂ ਕੁਝ ਨਾ ਬਾਈ ਆਹ ਹੱਥ 'ਚ ਜੌਂਟੀ ਬਾਈ ਦੇਖਿਆ ਨਹੀਂ ਜਾਂਦਾ ਮੇਰੇ ਤੋਂ ਗੋਲੀ ਬਾਈ ਇਹ ਤਾਂ ਜਿਰਕਪੁਰ ਵਾਲੇ ਬਿਗ ਬਾਜ਼ਾਰ ਦੀ ਨਹੀਂ ਉਹ ਤਾਂ ਬੇਸਮੈਂਟ ਹੈ ਬੇਸਮੈਂਟ ਕੀ ਹੋ ਗਿਆ ਬਹੁਤ ਹੱਸ ਰਹੇ ਹੋ ਸਰ ਬਾਈ ਉਹ ਜੀਤਾ ਤੁਹਾਨੂੰ ਪਤਾ ਕਿੰਨੀ ਬੇਇੱਜ਼ਤੀ ਹੋ ਰਹੀ ਆਪਣੀ ਬਲਰਾਜ ਬਾਈ ਕਿੰਨੀ ਟੈਨਸ਼ਨ 'ਚ ਉਹੀ ਤਾਂ ਮੈਂ ਬਾਈ ਸਮਝਾਈ ਜਾਂਦਾ ਇਹਨਾਂ ਨੂੰ ਕਦੋਂ ਦਾ ਮੇਰੀ ਤਾਂ ਸੁਣਦੀ ਨਹੀਂ ਸਾਲੇ ਉਰੇ ਆਓ ਇੱਧਰ ਆਓ ਸਾਰੇ ਆਹ ਵੀਡੀਓ ਦੇਖੋ ਧਿਆਨ ਨਾਲ ਦੇਖੋ ਜਗ੍ਹਾ ਕਿਹੜੀ ਹੈ ਆਪਣੇ ਬੁੱਝ ਦਿਮਾਗ 'ਤੇ ਨਾ ਜ਼ੋਰ ਪਾਓ ਥੋੜ੍ਹਾ ਜਿਹਾ ਦੇਖੋ ਸਾਰੇ ਜਾਣੇ ਰਹਿ ਬਾਈ ਜੇ ਤਾਂ ਮਾਰੋ ਸ਼ਹਿਰ ਬਜਨੌਰ ਮੈਂ ਉਹੀ ਕੀ ਵਰਕਸ਼ਾਪ ਹੈ ਸੰਜੇ ਧਿਆਨ ਨਾਲ ਦੇਖ ਕਈ ਵਾਰ ਭੁਲੇਖਾ ਲੱਗ ਜਾਂਦਾ ਹੁੰਦਾ ਰਹਿ ਬਾਈ ਕਸਮ ਲੱਗ ਗਿਆ ਬਾਈ ਹੈ ਸੰਜੇ ਜੇ ਤੂੰ ਸ਼ੋਰ ਹੈ ਹਾਂ ਬਾਈ ਅਸੀਂ ਨਿਕਲੀਏ ਫਿਰ ਜੌਂਟੀ ਲੱਭਣ ਕੁੜੀ ਤੁਸੀਂ ਨਿਕਲੋ ਫਿਰ ਛੇਤੀ ਜੇ ਕੁਛ ਪਤਾ ਲੱਗਦਾ ਤਾਂ ਮੈਨੂੰ ਜਦੀ ਇਨਫੋਰਮ ਕਰੀ ਗੋਲੀ ਬਾਈ ਅਸੀਂ ਵੀ ਨਾਲ ਚੱਲਦੇ ਹਾਂ ਜੀ ਨਾਲੇ ਜੌਂਟੀ ਬਾਈ ਸਾਡਾ ਵੀ ਤਾਂ ਭਰਾ ਸੀ ਜੀ ਬਾਈ ਜੀ ਅਸੀਂ ਵੀ ਤਾਂ ਪਾਰਟੀ ਦੇ ਮੈਂਬਰ ਹੀ ਹਾਂ ਨਾਲੇ ਬਾਈ ਇਹਨਾਂ ਦਾ ਪਿਆਰ ਆਪਣਾ ਸਾਰਿਆਂ ਦਾ ਛੱਡ ਜਾਂਦਾ ਥੈਂਕ ਯੂ ਬਾਈ ਜੀ ਥੈਂਕ ਯੂ ਬਾਈ ਚਲੋ ਠੀਕ ਹੈ ਬਾਈ ਚੱਲਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਫੋਨ ਕਰਿਓ ਮੈਨੂੰ ਚੰਗਾ ਬਾਈ ਜੀ ਇੰਸਪੈਕਟਰ ਨੂੰ ਫੋਨ ਲਾ ਪੁੱਛ ਕੀ ਕਹਿੰਦਾ ਯਾਰ ਆ ਜੌਂਟੀ ਵਾਲੀ ਕਲਿੱਪ ਸੋਸ਼ਲ ਮੀਡੀਆ 'ਤੇ ਬੜੀ ਘੁੰਮ ਰਹੀ ਹੈ ਇਹ ਤਾਂ ਕਿਸੇ ਨੇ ਝੋਟੇ ਦੇ ਨੱਕ 'ਚ ਨਕੇਲ ਪਾਉਣ ਵਾਲਾ ਕੰਮ ਕਰਤਾ ਕਿਉਂ ਰੋਜੀ ਸਹੀ ਗੱਲ ਹੈ ਜੇ ਜੌਂਟੀ ਵਰਗੇ ਦੋ ਚਾਰ ਹੋਰ ਚੱਕੇ ਜਾਣ ਨਾ ਤਾਂ ਕ੍ਰਾਈਮ ਘੱਟ ਜੇ ਬਾਕੀਆਂ ਦਾ ਤਾਂ ਪਤਾ ਨਹੀਂ ਪਰ ਇਹੋ ਜਿਹੇ ਨੇ ਭੂਤ ਨਾ ਲੱਤਾਂ ਨਾਲ ਹੀ ਨਿਕਲਦੇ ਆ ਗੱਲਾਂ ਗੁੱਲਾਂ ਨਾਲ ਕਿੱਥੇ ਮੰਨਦੇ ਆ ਇਹ ਵੈਸੇ ਸੋਚਣ ਵਾਲੀ ਗੱਲ ਹੈ ਬਈ ਐਡਾ ਵੱਡਾ ਕੰਮ ਕਰ ਕੌਣ ਸਕਦਾ ਉਹ ਹੋਊ ਕੋਈ ਹਾਲਾਤਾਂ ਦਾ ਮਾਰਿਆ ਆਪਣੇ ਵਰਗਾ ਵੈਸੇ ਇੱਕ ਗੱਲ ਹੈ ਬਈ ਕੈਂਪਸ ਦੇ ਵਿੱਚੋਂ ਗੰਦ ਚੱਕਿਆ ਗਿਆ ਇਹਨਾਂ ਨੇ ਬੜਾ ਮਾਹੌਲ ਖਰਾਬ ਕੀਤਾ ਹੋਇਆ ਸੀ ਜੇ ਗੱਲਾਂ ਹੋ ਗਈਆਂ ਹੋਣ ਤਾਂ ਲੈਕਚਰ ਲਾ ਲਈਏ ਲਾਉਣਾ ਹੀ ਪੈਣਾ ਨਹੀਂ ਤਾਂ ਪ੍ਰੋਫੈਸਰ ਸਾਹਿਬ ਨੇ ਨਾ ਸਾਡੀ ਬੇਇੱਜ਼ਤੀ 'ਚ ਲੈਕਚਰ ਕੱਢ ਦੇਣਾ ਸਾਰਾ ਉਹ ਆਪਾਂ ਕੱਲ੍ਹ ਵੀ ਲੈਕਚਰ ਮਿਸ ਕਰਤਾ ਸੀ ਚਲੋ ਹੁਣ ਚੱਲੀਏ ਚੱਲ ਵੀ ਚੱਲੀਏ ਕਿਰਾ ਪ੍ਰੀਤ ਠੀਕ ਹੈ ਸਭ ਕਮਲ ਕਿੱਥੇ ਹੈ ਸਭ ਠੀਕ ਹੈ ਵੀਰੇ ਕਮਲ ਦੇ ਮੰਮਾ ਇੱਕਦਮ ਬਿਮਾਰ ਹੋ ਗਏ ਸੀ ਫਿਰ ਉਹਨਾਂ ਨੂੰ ਜਾਣਾ ਪਿਆ ਅੱਛਾ ਤੇ ਟਾਈਮ ਕਿੰਨਾ ਹੋਇਆ ਟਾਈਮ 4 ਵੱਜ ਗਏ ਕਿਉਂ ਕੀ ਹੋਇਆ ਵੈਸੇ ਹੀ ਪੁੱਛ ਰਿਹਾ ਸੀ ਪ੍ਰੀਤ ਕੁਛ ਖਾ ਪੀ ਕੇ ਆਈਏ ਕੋਈ ਐ ਵੀ ਕਿਸੇ ਨੂੰ ਬੰਨ ਕੇ ਕੁੱਟਦਾ ਹੁੰਦਾ ਬਹੁਤ ਮਾੜਾ ਸਮਾਂ ਚੱਲ ਰਿਹਾ ਕੋਈ ਪਤਾ ਨਹੀਂ ਕਦੋਂ ਕਿੱਥੇ ਕਿਵੇਂ ਕੀ ਹੋ ਜੇ ਸਹੀ ਗੱਲ ਆ ਵੀਰੇ ਹੈ ਇਹ ਤਾਂ ਸਰਾਸਰ ਧੱਕਾ ਹੈ ਉਹ ਬਾਈ ਇਹਨੇ ਕਿਸੇ ਨੇ ਕੋਈ ਧੱਕਾ ਧੁੱਕਾ ਕੀਤਾ ਹੋਣਾ ਤੁਸੀਂ ਧਿਆਨ ਨਾਲ ਦੇਖੋ ਸਾਲਾ ਮੈਨੂੰ ਤਾਂ ਦੇਖਣ ਨੂੰ ਹੀ ਕਰੈਕਟਰ ਲੈਸ ਜਿਹਾ ਲੱਗਦਾ ਇਹ ਵੀ ਹੋ ਸਕਦਾ ਹਾਂ
ਬਾਈ ਸਤਿ ਸ਼੍ਰੀ ਅਕਾਲ ਜੀ। ਜੌਂਟੀ ਦਾ ਕੁਝ ਪਤਾ ਲੱਗਿਆ? ਬਾਈ ਜੀ ਲੱਗਿਆ ਮੁੰਡੇ, ਚੌਂਟੀ ਜਿੱਥੇ ਬੰਨਿਆ ਹੋਇਆ ਉਹ ਜਗ੍ਹਾ ਦਾ ਪਤਾ ਲੱਗ ਗਿਆ, ਹੁਣ ਤਾਂ ਮਿਲ ਹੀ ਜਾਣਾ। ਜਗ੍ਹਾ ਕਿਹੜੀ ਹੈ? ਬਾਈ ਬਜਨੌਰ ਦੀ ਹੈ, ਉਹ ਆਪਣੇ ਗਰੁੱਪ 'ਚ ਮੁੰਡਾ ਨਾ ਸੰਜੇ ਕੁਮਾਰ, ਉਸਨੇ ਦੱਸਿਆ ਉਹ ਬਜਨੌਰ ਦਾ ਹੀ ਹੈ। ਓਕੇ, ਜਿਵੇਂ ਪਤਾ ਲੱਗੇ ਦੱਸੀ। ਹਾਂਜੀ ਠੀਕ ਆ ਬਾਈ। ਕਮ, ਮੈਂ ਜਸ, ਕਮਲ ਦਾ ਫਰੈਂਡ। ਸੋਰੀ, ਮੈਂ ਥੋੜ੍ਹਾ ਜਿਹਾ ਘਬਰਾ ਗਿਆ ਸੀ। ਹੈਲੋ ਪ੍ਰੀਤ। ਹਾਂ ਕਮਲ। ਜਸ ਪਹੁੰਚ ਗਿਆ ਤੁਹਾਡੇ ਕੋਲ? ਹਾਂ ਪਹੁੰਚ ਗਿਆ। ਤੇਰਾ ਤੇ ਏਕਮ ਵੀਰੇ ਦਾ ਫੋਨ ਮਿਲ ਨਹੀਂ ਰਿਹਾ ਸੀ, ਕਾਫੀ ਟਾਈਮ ਤੋਂ ਟਰਾਈ ਕਰ ਰਹੀ ਸੀ। ਅੱਜ ਤੋਂ ਬਾਅਦ ਜਸ ਤੁਹਾਡੇ ਕੋਲ ਹੀ ਰਹੂਗਾ, ਮੇਰਾ ਮੰਮੀ ਕਰਕੇ ਔਖਾ ਹੋਇਆ ਪਿਆ। ਕੋਈ ਨਾ ਕਮਲ, ਤੂੰ ਟੈਨਸ਼ਨ ਨਾ ਲੈ, ਤੂੰ ਆਂਟੀ ਦਾ ਖਿਆਲ ਰੱਖ। ਓਕੇ ਬਾਏ। ਕੀ ਕਹਿੰਦੀ ਸੀ ਕਮਲ? ਇੰਨਾ ਵਾਰੀ ਪੁੱਛ ਰਹੀ ਸੀ, ਕਹਿੰਦੀ ਮੇਰਾ ਫਰੈਂਡ ਪਹੁੰਚ ਗਿਆ ਤੁਹਾਡੇ ਕੋਲ। ਓ ਅੱਛਾ, ਚਲੋ ਆਪਾਂ ਬੈਠ ਕੇ ਗੱਲ ਕਰਦੇ, ਆ ਜਾਓ। ਆ ਕੀ ਓਏ ਹੈਂ ਰੇ ਭਾਈ, ਜੂੰ ਹੀ ਥਾ, ਮੰਨੇ ਆਪਣੀ ਅੱਖੋਂ ਦੇਖਾ, ਮੰਨੇ ਲੱਗਾ ਕਈ ਔਰ ਸ਼ਿਫਟ ਹੋ ਗਿਆ। ਸੌਲਾ ਸ਼ਿਫਟ ਦਾ ਨਾ, ਚੰਡੀਗੜ੍ਹ ਤੋਂ 250 ਕਿਲੋਮੀਟਰ ਤੋਂ ਆ ਦਿਖਾਉਣ ਲਿਆ ਸਾਨੂੰ। ਸਮਰ ਬਾਈ ਨੂੰ ਕੀ ਜਵਾਬ ਦੇਵਾਂਗੇ ਹੁਣ? ਉਹ ਬਾਈ, ਮੈਨੂੰ ਤਾਂ ਇਹਦੇ ਸਾਲੇ 'ਤੇ ਪਹਿਲੀ ਭਰੋਸਾ ਨਹੀਂ ਸੀ। ਪਾ ਦੇ, ਜੇ ਆਪਦੀ ਲੱਗਦੀ ਦੀ ਕੁੱਛੜ 'ਚੋਂ ਨਿਕਲੇ ਤਾਂ ਸਾਲੇ ਦਾ ਦਿਮਾਗ ਚੱਲੇ। ਹੋਰ ਬਾਈ, 24 ਘੰਟੇ ਫੋਨ 'ਚ ਹੀ ਬੜਿਆ ਰਹਿੰਦਾ ਹੈਗਾ। ਤੇਰਾ ਵਿੱਚ ਬੋਲਣਾ ਜ਼ਰੂਰੀ ਆ? ਅਸੀਂ ਕਰ ਰਹੇ ਹਾਂ ਆਪਸ 'ਚ ਗੱਲ, ਤੇਰਾ ਸਾਲਾ ਬੁੱਗੋ। ਬਾਈ ਜੀ ਕੂਲ ਕੂਲ, ਗਰਮ ਕਾਹਨੂੰ ਹੁੰਦੇ ਹੋ? ਆਪਾਂ ਘੁੰਮ ਫਿਰ ਕੇ ਵੀ ਤਾਂ ਦੇਖ ਸਕਦੇ ਹਾਂ। ਘੁੰਮ ਫਿਰ ਕੇ ਕੀ ਮਤਲਬ ਆ ਉਹ ਤੇਰਾ? ਗੱਲ ਬਿਲਕੁਲ ਸਾਫ਼ ਆ ਬਾਈ, ਇੱਥੇ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ। ਆਪਾਂ ਸਰਚ ਕਰਦੇ ਹਾਂ। ਬਾਈ ਡਿਜ਼ਾਈਨਰ ਬਾਈ ਸਹੀ ਕਹਿਣ ਲੱਗ ਰਿਹਾ, ਫਿਰ ਇੱਥੇ ਖੜੀ ਕਰ ਦੋ। ਚਲੋ ਬੈਠੋ ਗੱਡੀ 'ਚ, ਚਲੋ ਚਲੋ। ਤੁਹਾਡੇ ਚੋਂ ਕੋਈ ਪਿਸ਼ਾਬ ਕਰਨ ਦਾ ਚਾਹਵਾਨ ਹੈ? ਨਾ ਤੂੰ ਹੋ ਬਈ, ਆਪਾਂ ਚੱਲਦੇ ਹਾਂ। ਚੱਲ ਹੋਰ ਜਿੱਤੇ ਬਾਈ, ਕੋਈ ਨਵੀਂ ਤਾਜੀ? ਜੀਤਾ ਬਾਈ ਜੀ, ਜਿੱਤੇ ਬਾਈ ਜੀ ਇੱਕ ਗੱਲ ਪੁੱਛਾਂ, ਜੇ ਗੁੱਸਾ ਨਹੀਂ ਕਰੋਗੇ ਤਾਂ? ਬਾਈ ਤੁਹਾਡੀ ਕੋਈ ਸਹੇਲੀ ਸੁਹਲੀ ਹੈ? ਗਰਲਫ੍ਰੈਂਡ? ਗਰਲਫ੍ਰੈਂਡ ਨਾ ਪਤਾ ਹੀ ਕੀ ਗੱਲ ਜਿੱਤੇ ਬਾਈ, ਬੜਾ ਸੋਚ ਕੇ ਦੱਸਿਆ ਹੈ। ਅੱਤਵਾਦੀ ਉਹ ਮੇਰਾ ਅੰਤਮ, ਮੈਨੂੰ ਲੱਗਦਾ ਜਿੱਤੇ ਬਾਈ ਨੂੰ ਹੀਨਾ ਭਰਜਾਈ ਬਾਰੇ ਕੁਛ ਪਤਾ ਹੀ ਨਹੀਂ। ਹੀਨਾ ਭਰਜਾਈ ਸਾਲਿਓ, ਖੁੱਲ ਕੇ ਦੱਸੋ ਗੱਲ ਕੀ ਹੈ? ਖਲਨਾਇਕ ਰਹਿਣ ਦੇ ਯਾਰ, ਕਾਹਨੂੰ ਦੱਸਣਾ, ਨਾਲੇ ਅਗਲੀ ਬਾਲਾ ਪਿਆਰ ਕਰਦੀ ਹੈ, ਭੇਤ ਖੁੱਲ ਜੂ। ਲੈ ਫੇਰ ਕੀ ਹੈ, ਜੇ ਭੇਤ ਖੁੱਲਣ ਨਾਲ ਜੀਤੇ ਬਾਈ ਦਾ ਘਰ ਵੱਸਦਾ, ਇਹ ਚ ਹਰਜ ਥੋੜੀ ਆ ਕੋਈ? ਪਰ ਇਹ ਵੀ ਆ, ਮੇਰੇ ਤੇ ਵੀ ਕੋਈ ਮਰਦੀ? ਬਾਈ ਫਿਲਾਸਫੀ ਡਿਪਾਰਟਮੈਂਟ ਦੀ ਇੱਕ ਕੁੜੀ ਹੈ ਜਿਹਦਾ ਨਾਮ ਹੈ ਹੀ ਨਾ, ਜਿਹੜੀ ਤੁਹਾਨੂੰ ਬਹੁਤ 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 ਪਿਆਰ ਕਰਦੀ ਹੈ। ਪਿਆਰ ਕਰਦੀ ਹੈ? ਪਿਆਰ ਕਰਦੀ ਹੈ? ਹਾਂ ਉਹ ਪਿਆਰ ਕਰਦੀ ਹੈ, ਉਹ ਵੀ ਮੈਨੂੰ। ਹਾਂਜੀ ਤੁਹਾਨੂੰ, ਉਹ ਵੀ ਤੁਹਾਨੂੰ ਪੂਰੇ 1 ਸਾਲ ਤੋਂ ਫੋਲੋ ਕਰ ਰਹੀ ਹੈ, ਤੁਹਾਡਾ ਲੀੜਾ ਕੱਪੜਾ ਉੱਠਣਾ ਬੈਠਣਾ ਹੱਗਣਾ ਮੁੱਤਣਾ। ਹੱਗਣਾ ਮੁੱਤਣਾ? ਅਮਾ ਮਾਮਾ, ਇਹ ਚੀਜ਼ਾਂ ਛੱਡ ਕੇ ਬਾਕੀ ਸਭ ਕੁਝ ਤਾਂ ਫੋਲੋ ਕਰਦੀ ਹੈ। ਇਹਦੇ ਕਹਿਣ ਦਾ ਮਤਲਬ ਆ ਟਾਈਮ, ਡੇਟ, ਮੌਸਮ ਦੇ ਹਿਸਾਬ ਕਿਤਾਬ ਨਾਲ ਸਾਰਾ ਕੁਝ ਅਗਲੀ ਡਾਇਰੀ 'ਤੇ ਨੋਟ ਕਰੀ ਫਿਰਦੀ ਆ। ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਅਸੀਂ ਗੱਲ ਅੱਗੇ ਤੋਰੀਏ। ਤੋਰਦਾ ਨਾ? ਓ ਹਾਂ ਹਾਂ, ਤੋਰੋ ਤੋਰੋ। ਜੇ ਤੁਸੀਂ ਮੇਰੀ ਬੇਰੰਗ ਜ਼ਿੰਦਗੀ 'ਚ ਰੰਗ ਭਰਦਾ ਨਾ, ਸਾਰੀ ਉਮਰ ਤੁਹਾਡਾ ਅਹਿਸਾਨਮੰਦ ਰਹਾਂਗਾ। ਲੈ ਓਏ, ਤਾਂ ਸਾਡਾ ਚੁਟਕੀ ਦਾ ਕੰਮ ਹੈ। ਐ ਚੱਕ ਯਾਰ, ਪਰ ਅੱਤਵਾਦੀ
तेरा सिर नहीं दर्द हो रहा है यार। तो यार घबराहट ही हो रही है भाई, देखी सुजे तो नहीं सिर की तो ओ सिर हटा दने आ आ चको थोड़ा सिर भी हट जू। भाई दिले खुश करता जीते भाई, हुण ऐ करो भाई अपने पुठे दिन गिनने शुरू कर। अब इदा कहण दा मतलब है ताडी बेरंग जिंदगी च हुण रंग भरिया समझो। हेलो हाँ समर भाई, इदे रंग तो भरे गए बेटे। नायक नहीं खलनायक हूं मैं। हीना दा बंदोबस्त कर हूं समझला हो गया। जोंटी का कुछ पता लग गया? ओ भाई जेड़ी संजय ने दस पाई सी ना उस थां तो कुछ लभे ही नहीं, हुण दो होर थावां ते शाका उधर ही जा रहे हैं। भाई साडा पूरा जोर लग्या होया, दिन रात एक कीती हुई है सी। असी तां भाई सुत्ते भी नहीं, थकावट नाल साडे तां डेले भी बारे उन्नू होए पया। चल ठीक है चंगा, जिवें कुछ पता लगे पहला मैनू फोन करी। ठीक है भाई, भैन दी बैरी डिप्रेशन छिगी। सालियां तो गल्लां जिन्नियां मर्जी करवा ले, काम कर देने टाइम पास कर दे। तू इतनी रुक, मैं भाई मिल के आना। तू कि मरी जाता फोन से मंग जाली हुए? वो समर भाई से यार की कहना हर वेले लाइन करी रखता। चल कोई नहीं चाह पी ले तू। हाँ हाँ कोई भी स्टेट नहीं छड़नी, हर थां ते जाके लभो। यार तू समझते क्यों नहीं, मेरा बिजनेस ठप हो जाना है। जेड़े साले कदे अखां च अखां पा के गल नहीं सी कर सकते, अज वो कन्न चक्कण लग पए ने। हाँ सच, और आस्था वाले मुस्से नूं मेरे कोल भेजो, हुण तां कोई ना कोई उही कर सकदा हल। ठीक है ना? हाँ ओके भाई। हसी का भाई हसरी काल तो बिना कोई होर भी काम कर लिया करो। की कहंदे ने तेरे हो जिन्हां ने हरियाणा दस पाई सी? उत्थों दा भाई मूव करके एक दो जगह तो होर शक है, मैं मुंडे भेजे हो लग जूगा पता। कुछ नहीं कर सकते तुसी, है नहीं थोड़े पतालुआ च दम। मैं राजस्थानी मुस्से नूं बुलाया, उहदी खातरदारी ते जौंटी बारे डिटेल च गल दसनी तेरी जिम्मेवारी है, समझ गया ना? बिल्कुल भाई, तुसी फिक्र ना करो मैं करदा। हाँ हाँ जी जीते भाई, थोड़ा जिहा सबर बस हो, हीना भरजाई डाउनलोड हो ही रही है। हो रही है? हाँ हाँ हो रही है, हो रही है, हो रही है भाई, हो रही है। ओ देखो, ओ देखो, 1 2 3 4 5 आ चको साड़ी सरकार योग हीना पाबी मिर्जाई। ले आओ चिट्ठी दिखाओ, ले दिखा दे, दिखा दे इनू। दिखावा? ओए ओए अत्तवादी, ओए म अंतम यार उनू की कहंदे हुंदे ने ओ लफाफे जे ओ छगन। हां शगन तो बनता है, क्यों अत्तवादी? आहो बनदा शगन, आखिर का साडी प्रजाई दी मुंह दिखाई जो है। सालो मैं अपने हरकत में वाजन आयो, दसो की चाहिए? चाहिए है जो अपने पर्से च रख दियो, जेड़ी चाह नाल खाई दी आ। ओ थोनू किवें पता है सिगरेट दा? सानू किवें पता? हीना प्रजाई, हीना प्रजाई। हाँ हीना प्रजाई ने दसिया, ओ तां थोड़े धुर अंदर तक पहुंची भैया, बड़ा प्यार कर दिया थोनू। इन्ना प्यार कर दिया मेरी हीना, आ के मैं सड़े जीते नूं साइड जीते लेके गोली जी पई जांदे ने। ओ कुछ नहीं जीता दिमाग खांदा हूँ इन्हां दा। आलो ध्यान नाल प्योर है जिवें मेरी हीना दा प्यार प्योर है, सच्ची माल प्योर है। ओए पहला फोटो दिखा दो हुण, लै किन्नी काली है देख। लै काली होवे भी क्यों ना, बाली सोहणी है भाभी। पहला अखा बंद करो। हाँ करो ना। ओए केड़ी नवी पसुड़ी पाली, करो करो। ओ यार करो भाई सरप्राइज आ, पाली सोहनी आ भाभी, एक्साइटमेंट। चल कर ले, कर लो कुछ। हुण आहिस्ता आहिस्ता अपनी अखा, आहिस्ता आहिस्ता ते देखो अपनी सपने दी राजकुमारी, साडी भरजाई, मेरी मुराद हीना। हीना हम्म
ਓਏ ਤਾਂ ਜੈਸਮਿਨ ਸੈਂਡਲਜ਼ ਹੈ ਓ ਨਹੀਂ ਨਹੀਂ ਆਪਣੀ ਭਾਬੀ ਹੈ ਭਾਬੀ ਹੈ ਓ ਆ ਦੇਖ अगली बेली थोड़ी ना मंगवा दांगे टाइम नाल ठंड रख थोड़ी अच्छा छेती मंगा ली हां मंगा दांगे ओए गल सुनो ए गल साढ़े तिना विच रहनी चाहिए है हो गया मुलाकात नू जेल च बैठी आ चलिए शैपू नाल जेड़े हिसाब नाल रोंदा है इनू जरूर भोगते जाना चाहिए किसी दे चल साले खड़ा होण चलिए चल आ जा मेरा रोड कुटना एकम भाई सिरा जमा सिरा करवाता इस क्लिप तो इहदी गंदी सोच बारे पता लगूगा नाले वीरे अपने बारे जो गलत सोचदे सी उहनां दा भी वहम दूर हो जाए क्यों भाई जोंटी तेरा की ख्याल होए प्लीज मैनू कुछ खाण नू दे दियो मैनू भुख लगी है जो तुसी कहा मैं बोलिया जो तुसी कहोगे वही करूँगा पर प्लीज मैनू कुछ खाण नू दे दियो साड़िया जे सामना तू गंद पाया ना तेरे ते कुत्ते नू भी तरस ना आवे अखा थले कर थक गए और भाई मेरे तो पट फुले पाने गां की माउंट एवरेस्ट की चोटी ते चढ़ के पैट फुले गए भाई तुसी नहीं थके बहुत फिर तुसी कड़े चढ़ के आए वैसे भाई जी जोंटी भाई लभना कड़ा माउंट एवरेस्ट की चढ़ाई चढ़ने नालों घट होया पिया जी लै होर की फोटो सही है आप भेज दी मैनू दिखा दो की सही है वे की भेज दे साले कल तो देख रहा लक्षण जे ठीक नहीं लगते मैनू तेरे सही क्या भाई इहदे रंग ढंग जे मैनू ठीक नहीं लगते आ मुछां ते तां देखो किवें जल थप्पी है भाई जी तुसी तां एवें ना जीते भाई दी मुछां तो जैलसी करदे हो ओ जे तुसी कहो तां कटा दां ओ साले मजाक करदे ने हरेक गल नू सीरियस ले जाना फिर ओ संजय कुमार जी आ भाई दुनियादारी तो बाहर निकल के साडे नाल भी कदे चार गल्लां कर लिया करो रे भाई हुक्म तो कर तारे लई जान भी हाजर है ओ तेरी जान की असी जान च मारनी है मुंडे थके पए आ कर पूरा प्रबंध डिजाइनर भाई ना हमेशा सही गल करते ने अपने हक दी गल करदे भाई ये भी कोई कहने की बात है आज मैं तन्ने हरियाणा की सुपर हॉट डांसर सपना चौधरी का डांस दिखाता हूं रे मेरे डैडी के दोस्त हैं हरीश चौधरी उनके गांव में फंक्शन है इनविटेशन आया ले इनविटेशन ना भी आया हुंदा अज तक ता भी चल पेंदे हना अतवादी ओ अंतम आहो चलना सपना चौधरी दा नाम सुन के किवें थकावट दूर होगी है फिर तां डिजाइनर नु अपने असली रूप च आउणा पैणा ताही सपना इंप्रेस हो ते भाई मैं नाला थोड़े तू की करेगा भाई थनु इंप्रेस करके दूंगा क्यों सो तू आप तो अज तक होई नहीं कोई ओए चलो फिर करिए खिच्चे तैयारी शाम दी Oh,
मेरे से क्यों दूर तू भाग गया, ऐसे जिस्म को खाऊंगा तेरे, बार बार मेरे बैठेगी सागा। गंदी मेरी नजर से छोरी, तू कभी भी बच ना पावे, सेक्सी होटो को रेवी जी भर के खाना चावे, खाना चावे। सूटे वगो खिचना जांदे, गंदे जे गाने गांदे, बोले पाले मां प्यानो, मेरे पीछे के मन पांदे, रवि आए तू भी बच के रह, कर दूने तेनू भी बर्बाद। बलराज भाई, मुस्सा राजधानी, मेरा भरा, वेलकम, बैठो। बलराज भाई, पहली बार तुहाडे चेहरे ते परेशानी देख रहा, पर हुण तुसी चिंता ना करो क्योंकि हुण मूसा राजस्थानी आ गया। मेरे कोले कोई कम आवे ओनू ते होना ही पैना। बस यही उम्मीद सी तेरे को। बलराज भाई, तुसी मैनू पहला दस्या हुंदा तां एड्डी नौबत आनी नहीं सी। स्पार्क जी सर, 99.1 इक्वल टू 100 चैप्टर क्लोज। जय सर। बलराज भाई समझो, तुहाडा काम हो गया। गोली। हाँ जी भाई। आ मुसे दी स्टे दा इंतजाम कर दे ते सारा मैटर नूं डिटेल च दस दे। ठीक है जी। चंगा मुसे, तुसी करो डिस्कस, ठीक है ना? कल मिलते हैं। एज यू विश। बलराज भाई, आगे तो तुहाडी कोई हेडक नहीं, सारी हेडक मूसा राजस्थानी। मिस्टर गोली, चलो। राजस्थानी लभ लिया जोंटी नूं की कह सकदे भाई, प्रभाव जा तो खासा पा गया भाई। प्रभाव ही है एदा ते भी अपने वरते ही है। की मतलब तेरा विच बोलना जरूरी हुंदा अपने पास सारा बुक नाले साडी रिस्क कौन कर लो, सानू रब ने बनाया महाराज, कोई शक इन्ना क भी नहीं भाई, फिर आई नहीं करया कर दे मेरा सारा बुक। ओ हां जी, चल चलिए हम। हीना भाभी दा इश्त, जीते बाई दी तड़फ, ओहो हो, माशाल्लाह माशाल्लाह होई पई है। ओए खलनायक, कानू जीते बाई दा सबर तोड़ी जाना है। साले दो घंटे हो गए खड़ाई खड़े नू, हाले तक नहीं थोड़ी हीना भरजाई आई। सबर भाई जी, सबर दा फल मिठा हुंदा। जिस हिसाब नाल सबर दी गल करदा ना, सबर दा फल हुंदा ही नहीं। साले लत्तां दुखण लग गईआं मेरीआं। महाराज ओही तां मैं कह रहा, अपने पर्स च हाथ मारो,
नागनी देवी कड्डो नाले अपनी लत्तां दा दर्द ठीक करो नाले साडा क्यों अत्तवादी ओए ओए तू सीधा नाम ले लिया कर नहीं तेरे चक्कर च मैं कदे आत्महत्या कर जूंगा ओ आत्महत्या तू बाद च करी सड़ो पहला मेरा हीला करो हीला नहीं 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 जीते भाई हीला नहीं मेल मेल ए दो पाक रूहां दा मेल है ए मेल सबर बेइंतहा मोहब्बत नाल हुंदे ने सियाने कहंदे ने जदों ए मेल हुंदे ने ना ਉਦੋਂ ਧੁੱਪ 'ਚ ਵੀ ਮੀਂਹ ਪੈਣ ਲੱਗ ਜਾਂਦਾ ਕਹਿੰਦੇ ਧੁੱਪ 'ਚ ਮੀਂਹ ਉਹ ਸਾਲੇ ਤਾਂ ਗਿੱਦੜ ਗਿੱਦੜੀ ਦੇ ਵਿਆਹ ਵੇਲੇ ਪੈਂਦਾ ਲੈ ਤੈਨੂੰ ਨੇ ਕਿਹਾ ਆਹੋ ਐਵੇਂ ਹੁੰਦਾ ਹੁੰਦਾ ਹੋਊਗਾ ਹੁੰਦਾ ਹੋਊਗਾ ਟਾਈਮ ਹੋ ਗਿਆ ਟਾਈਮ ਹੋ ਗਿਆ ਆਉਣ ਵਾਲੀ ਆ ਭਾਬੀ ਅੱਖਾਂ ਤੇ ਕੰਨ ਬੰਦ ਕਰੋ ਕਿਉਂ ਜੇ ਸਾਲਿਓ ਜੇ ਮੈਂ ਅੱਖਾਂ ਬੰਦ ਕਰ ਲਈਆਂ ਦੇਖੂੰਗਾ ਕਿਵੇਂ ਓਹੋ ਜੇ ਕੰਨ ਬੰਦ ਕਰ ਲਏ ਤਾਂ ਸੁਣੂਗਾ ਕਿਵੇਂ ਗੱਲ ਤਾਂ ਸੁਣੂ ਐਕਸਾਈਟਮੈਂਟ ਬਣਾਉਣ ਲਈ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਜਦੋਂ ਅੱਖਾਂ ਬੰਦ ਕਰਕੇ ਖੋਲੂਗੇ ਫਰੈਸ਼ ਫਰੈਸ਼ ਹੀ ਨਾ ਭਾਬੀ ਦੇਖੂਗੀ ਸਵਾਦ ਹੀ ਵੱਖਰਾ ਹੈ ਰੂਹ ਨਾਲ ਰੂਹ ਜੁੜੂਗੀ ਹਾਂ ਠੀਕ ਕਹਿ ਰਹੇ ਹੋ ਮੈਂ ਹੁਣ ਅੱਖਾਂ ਬੰਦ ਕਰਦਾ ਕਰੋ ਅੱਛਾ ਮੈਨੂੰ ਦੱਸ ਦਿਓ ਕਦੋਂ ਆਊਗੀ ਹੀਨਾ ਜੀ ਕਰੋ ਕੰਨ ਵੀ ਹਾਂ ਆ ਲਓ ਮੈਂ ਕਰ ਲਏ ਕੰਨ ਬੰਦ ਤੇ ਨਾਲੇ ਅੱਖਾਂ ਇਹ ਤਾਂ ਸਾਲਿਆ ਸੀਰੀਅਸ ਲੈ ਗਿਆ ਹੁਣ ਦੱਸ ਕੀ ਕਰੀਏ ਜਿਹੜਾ ਹਣੀ ਸੀ ਸਾਲਾ ਉਹ ਵੀ ਹੀਨਾ ਬਣਨ ਤੋਂ ਜਵਾਬ ਦੇ ਗਿਆ ਜੇ ਇਹਨੂੰ ਪਤਾ ਲੱਗ ਗਿਆ ਨਾ ਕਿ ਫੁੱਦੂ ਲਾ ਰਿਹਾ ਉੱਟੂ ਘੱਟ ਘੜੀਸੂ ਜ਼ਿਆਦਾ ਸਾਲਾ ਇੱਕ ਤਾਂ ਹੈ ਵੀ ਸਾਂਢ ਜਾ ਇਹ ਓਏ ਆ ਗਈ ਤੁਹਾਡੀ ਹੀਨਾ ਭਰਜਾਈ ਉਹ ਖਰਜੋ ਇੱਕ ਮਿੰਟ ਕੀ ਬਹਾਨਾ ਲਾਈਏ ਹੁਣ ਅੱਖਾਂ ਖੋਲੋ ਜਿੱਤੇ ਬਾਈ ਅੱਖਾਂ ਖੋਲੋ ਓ ਭਾਈ ਸਾਹਿਬ ਅੱਖਾਂ ਖੋਲੋ ਖੁੱਲ ਬਾਈ ਆ ਗਈ ਤੁਹਾਡੀ ਭਰਜਾਈ ਖੁੱਲ ਖੁੱਲ ਉਹ ਕਿੱਥੇ ਗਈ ਮੇਰੀ ਹੀਨਾ ਚਲੀ ਗਈ ਗਈ ਚਲੀ ਗਈ ਉਹ ਵੀ ਮੈਨੂੰ ਬਿਨਾਂ ਮਿਲੇ ਸਾਲਾ ਮੈਂ ਸਾਰੀ ਅਸੁੱਤਾ ਨਹੀਂ ਉਸ ਹੀਨਾ ਨੂੰ ਮਿਲਣ ਦੇ ਚੱਕਰ 'ਚ ਤੁਸੀਂ ਕਹਿੰਦੇ ਹੀਨਾ ਚਲੀ ਗਈ ਐਵੇਂ ਕਿਵੇਂ ਚਲੀ ਗਈ ਉਹਦਾ ਫਾਸਟ ਸੀ ਵਰਤ ਵਰਤ ਹਾਂ ਕਿਹੜਾ ਭਾਬੀ ਨੇ ਜੀਤੇ ਬਾਈ ਨੂੰ ਪਾਉਣ ਲਈ ਫਾਸਟ ਰੱਖਿਆ ਹੋਇਆ ਹਾਂ ਨਾਲੇ ਜਦੋਂ ਕੁੜੀ ਇਹੋ ਜਿਹਾ ਫਾਸਟ ਰੱਖਦੀ ਹੈ ਨਾ ਉਹ 'ਚ ਮੁੰਡਾ ਕੁੜੀ ਨੂੰ ਦੇਖ ਨਹੀਂ ਸਕਦਾ ਹੁੰਦਾ ਕਿੰਨਾ ਭਾਗਾਂ ਵਾਲਾ ਬਾਈ ਜੀਤੇ ਬਾਈ ਤੂੰ ਐਂ ਦੇਖ ਕਿੰਨਾ ਸਿਆਣਾ ਹੋਏਗਾ ਤੂੰ ਜਿਹੜਾ ਭਾਬੀ ਨੇ ਵਰਤ ਰੱਖਿਆ ਤੇਰੇ ਲਈ ਕਿੰਨਾ ਖੁਸ਼ ਨਸੀਬ ਕਿੰਨਾ ਪਿਆਰ ਸੀ ਉਹਦੀ ਅੱਖਾਂ 'ਚ ਤੈਨੂੰ ਦੇਖਦੇ ਹੋਏ ਕਿਉਂ ਕਿਉਂ ਕਹਿ ਰਹੀ ਸੀ ਕਹਿੰਦੀ ਮੇਰਾ ਦਿਲ ਕਰਦਾ ਚੁੰਮੀ ਕਰ ਲਾਂ ਕਰ ਲੈਂਦੀ ਫਿਰ ਮਜਬੂਰ ਸੀ ਨਾ ਫਾਸਟ ਤੋਂ ਪਰ ਉਹਦਾ ਦਿਲ ਵਾਲਾ ਕਰਦਾ ਸੀ ਵਿਚਾਰੀ ਕਰਨ ਮਸਾਂ ਰੋਕੀ ਹੈ ਹੁਣ ਇਹ ਵਰਤ ਕਿੰਨਾ ਚਿਰ ਚੱਲੂ ਇਹ ਤਾਂ ਹੁਣ ਜਿੰਨੇ ਦਿਨ ਚੱਲਿਆ ਚਲਾਵਾਂਗੇ ਮਤਲਬ ਮਤਲਬ ਕਿ ਹੁਣ ਆਪਾਂ ਇੱਕ ਹਫ਼ਤਾ ਭਾਬੀ ਨੂੰ ਮਿਲ ਨਹੀਂ ਸਕਦੇ ਇੱਕ ਹਫ਼ਤਾ ਮਿਲ ਨਹੀਂ ਸਕਦੇ ਯਾਰ ਉਹਨੂੰ ਕਹਿੰਦੇ ਵਰਤ ਛੋਟਾ ਕਰ ਲਵੇ ਛੋਟਾ ਛੋਟੇ ਦਾ ਤਾਂ ਪਤਾ ਨਹੀਂ ਫਾਸਟ ਵੱਡਾ ਬਸ਼ੱਕ ਹੋ ਜਾਏ ਭਾਈ ਉਹਨੂੰ ਹੁਣ ਵਰਤ ਰੱਖਣ ਦੀ ਕੀ ਲੋੜ ਹੈ ਉਹਨੂੰ ਉਹਦਾ ਹੁਣ ਜਿੱਤਾ ਮਿਲਦਾ ਗਿਆ ਅਗਲੀ ਨੇ ਪਹਿਲਾਂ ਸੁੱਖਿਆ ਹੋਇਆ ਹੁਣ ਕੰਟੀਨ ਚੱਲੀਏ ਚੱਲੀਏ ਕੰਟੀਨ ਨਾਲੇ ਬਾਈ ਤੂੰ ਇੰਨਾ ਸੋਹਣਾ ਮੁੰਡਾ ਹੈ ਹੁਣ ਵਰਤ ਰੱਖ ਕੇ ਮਿਲਦੇ ਨੇ ਇੰਨੇ ਸੋਹਣੇ ਮੁੰਡੇ ਕੁੜੀਆਂ ਨੂੰ ਚੱਲੀਏ ਚਲੋ ਤੇਜ ਮਿੱਠੇ ਦੀ ਚਾਹ ਪੀਲਾ ਸੂਟ ਪਾਇਆ ਸੀ ਮਸਲਾ ਦਿਨੋਂ ਦਿਨ ਭੱਕਦਾ ਹੀ ਜਾ ਰਿਹਾ ਕਿਹੜਾ ਮਸਲਾ ਉਹੀ ਜੌਂਟੀ ਵਾਲਾ ਹਾਂ ਹੁਣ ਵਾਲੀ ਕਲਿੱਪ 'ਚ ਤਾਂ ਸਾਰੀ ਆਕੜ ਕੱਢੀ ਪਈ ਹੈ ਯਾਰ ਇਹੋ ਜਿਹੇ ਬੰਦਿਆਂ ਨਾਲ ਇੱਦਾਂ ਹੀ ਹੋਣਾ ਚਾਹੀਦਾ ਨਹੀਂ ਤਾਂ ਆਪਣੇ ਵਰਗਿਆਂ ਨੂੰ ਕਿਹਨੇ ਪੁੱਛਣਾ ਖੈਰ ਜਿਹੜਾ ਵੀ ਕਰ ਰਿਹਾ ਚੰਗਾ ਹੀ ਕਰ ਰਿਹਾ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਆਹ ਕਲਿੱਪ ਪਾ ਕੇ ਸਾਬਿਤ ਕੀ ਕਰਨਾ ਚਾਹੁੰਦੇ ਨੇ ਯਾਰ ਸਾਬਿਤ ਕੀ ਕਰਨਾ ਲੋਕਾਂ ਦੇ ਦਿਲਾਂ 'ਚੋਂ ਡਰ ਕੱਢਣਾ ਚਾਹੁੰਦੇ ਹੋਣਗੇ ਆਹ ਜੌਂਟੀ ਵਰਗਿਆਂ ਦਾ ਚਲੋ ਚੰਗੀ ਗੱਲ ਆ ਯੂਨੀਵਰਸਿਟੀ 'ਚ ਆਪਦੀ ਗੱਲ ਰੱਖਣ ਦਾ ਮੌਕਾ ਤਾਂ ਮਿਲਿਆ ਹੋਰ ਜਿਹੜੇ ਸਟੂਡੈਂਟ ਪਹਿਲਾਂ ਆਪਣੀ ਅੰਦਰ ਖਾਤੇ ਸਪੋਰਟ ਕਰਦੇ ਸੀ ਹੁਣ ਉਹ ਵੀ ਸਾਡੇ ਨਾਲ ਰੋਲ ਤੁਰ ਪਏ ਨੇ ਇਹ ਤਾਂ ਆਪਣੇ ਲਈ ਕੁਝ ਵਧੀਆ ਹੋਣ ਦੇ ਆਸਾਰ ਨੇ ਚਲ ਦੇਖਦੇ ਆ ਤੁਹਾਡੇ ਸਾਰਿਆਂ ਦੇ ਦੱਸਣ ਦੇ ਮੁਤਾਬਕ ਇੱਕ ਗੱਲ ਤਾਂ ਕਲੀਅਰ ਹੋ ਗਈ ਬਈ ਜੌਂਟੀ ਨੂੰ ਗਿਡਨੈਪ ਕਰਨ ਵਾਲਾ ਯੂਨੀਵਰਸਿਟੀ ਦਾ ਤਾਂ ਨਹੀਂ ਪਰ ਹੋ ਵੀ ਸਕਦਾ ਤੇ ਇਹ ਵੀ ਹੋ ਸਕਦਾ ਕਿ ਤੁਹਾਡੇ ਵਿੱਚੋਂ ਹੀ ਕੋਈ ਮੈਨੂੰ ਤੇ ਆਹ ਸ਼ਤਰਮੁਰਗ ਜਿਹਾ ਲੱਗਦਾ ਮੂਸੇ ਬਾਈ ਸਾਡੇ ਨਾਲ ਬਹਿ ਕੇ ਟਾਈਮ ਪਾਸ ਜਾਣਾ ਜੋ ਤੁਹਾਨੂੰ ਕੰਮ ਦਿੱਤਾ ਨਾ ਉਹ ਕਰੋ ਜੌਂਟੀ ਨੂੰ ਲੱਭੋ ਓ ਹੈਲੋ ਮਿਸਟਰ ਗੋਲੀ ਮੇਰਾ ਕੰਮ ਕਰਨ ਦਾ ਇਹੀ ਤਰੀਕਾ ਹੈ ਮੈਂ ਘਰ ਤੋਂ ਹੀ ਤਹਿਕੀਕਾਤ ਸ਼ੁਰੂ ਕਰਦਾ ਤੇ ਘਰ ਤੇ ਹੀ ਖਤਮ ਬਜਰੰਗ ਯੈਸ ਸਰ ਇਹ ਪਾਣੀ ਦਾ ਜੱਗ ਚੱਕੋ ਜੀ ਸਰ ਮੇਰੇ ਸਿਰ ਤੇ ਪਾ ਦਿਓ ਕੋਈ ਗੱਲ ਸਮਝ ਲੱਗੀ
लग भी नहीं सकती क्योंकि तुसी हले बहुत थले हो। क्योंकि इन दोवां दे दिमागां विच भी मूसे दा दिमाग ते ट्रिक्स चल दिया ने। डेडिकेशन होनी चाहिए है। नंगे हो जो एक बारी कह दिया ना मिंटो मिंटी हो जाएंगे। बजरंग जी सर। स्पार्क यस सर। रेडी यस सर। बहुत छेती जोंटी थोड़े सारे दे विच होगा ये मेरा प्रॉमिस है। बॉयस लेट्स गो। ओके सर। भाई मन्ने लगा है ईब कुछ करेंगे। सह करेंगे मैनू तो लून घोटना जहा सारा साला गल्ला नहीं लगता यार। तेनू सारे आपदे वर्गी लगते ने। रे भाई देख मैं तो दासू लग रहा सा देखना करेगा कुछ। तू ज्यादा तू भी लगता देखण नू है। भाई कानू ये जेडे जसूर जे हुंदे आ ना देखण दे मेंटल लगदे आ दिमाग बड़ा हुंदा इनां दा। अच्छा तू नाल रह के आया इनां दे ना कथे भाई। ओए तू तो देखण नू तू भी मेंटल जा लगदा है पर तेरा तो दिमाग भी है नहीं। दयानर चुप कर यार। नाले ओ जीता कथे सवेर दा उन दिखया वो कथे यूनिवर्सिटी गया भाई क्लास लाउन। हाँ भाई उन्हें जाना चाहिए है वह जन्म सिद्ध अधिकार है टॉपर अगला आउटसाइडर का। सो देखिया इनू कहिंदिया इंप्रेस करना किड्डा कैंट इंप्रेशन पा के आया तुहाडा बॉस मूसा राजस्थानी। यस बॉस। बॉस ओ तो ठीक है पर आउट ऑफ कंट्रोल ना होया कर। नाले तेनू की लोड़ सी मेरे सिर ते पानी पाउण दी तू अपने भी पा सकदा सी। ओए ए स्ट्रेटजी हुंदी है यार। ओके बॉस तू मैनू ए दस के जौंटी नू लभणा कित्थों स्टार्ट करिए। बॉस यूनिवर्सिटी ते लभणा स्टार्ट करदे आ नाले कोई कुड़ी लभ लांगे। ओए स्पार्क तू अपने वास्ते निक्की जी स्पाइकी लभ कुड़ी वाला काम मेरे ते छड़ दे। एक काम कर हां जी यूनिवर्सिटी ते शुरू कर दे फॉलो मी। ठीक है सर। जस होर लेंगे कुछ ना भरावा अपना तो फोला काम। ते प्रीत तू नहीं वीरे बस। चलो तुसी बैठो मैं बिल दे के आना। ठीक है दे आओ। प्रीत एक गल पूछा। हाँ हाँ पूछो। एकम भाई दा की मैटर है। प्यार दा बाकी डिटेल जो तुसी आप ही पूछ लियो। मैं भी कहा इन्ना नरम बंदा छोटी मोटी गल ते एडा वड्डा कदम नहीं चुक सकदा। की नहीं चुक सकदा थोड़े बारे गल हो रही सी वीरे। एकम वीरे अपनी लव स्टोरी बारे चानना पाओ। जस की चानन पावा बड़ी अजीब जी कहानी है। मैं ते मेरा दोस्त जॉली कुदरत नू देखन लई पिंडो यूनिवर्सिटी जांदे सी पर कदे हिम्मत ही नहीं पई कि अपने प्यार दा इजहार कर सका। चोरी चोरी देखदा ते ऐदां ही वापिस आ जांदा। कुछ भी तेरे अगे ता सोना लगदा नी मैनू मैं देखा राती ओले जे जनवी तकदा तेनू हर कोई कायल हो गया है रब भी ता पागल हो गया है हुण कुदरत दा कुदरत दे बिन ही नहीं सरदा। चोरी चोरी तेनू तक के ए दिल मेरा नहीं भरदा मैं देखना है तेनू रज के बस प्यार हाँ करदा। चोरी चोरी तेनू तक के ए दिल मेरा नहीं भरदा मैं देखना है तेनू रज के बस इना प्यार हाँ करदा। चोरी चोरी ओ हेलो केड़े खाबा विच हो गया चल चलिए। ओ दो मिनट होर बह जा यार एड्डी केड़ा काली है। ओ पूरे 150 किलोमीटर जाना इत्थों ओ भी बोल्ट ते। फिर की हो गया अगे नहीं जांदे जा फिर यार प्रपोज कर दे जा फिर अपना जा फिर की जा भरावा तू अपना कला जाया कर मेरे तो नहीं आया जांदा बार बार। बस यही आ रही है अगे तो तू बड़ी बड़ी उदाहरण दिंदा सी। उदाहरण दिंदा हुंदा सी पर तेरा ये पागलपन देख के यारी दोस्ती छड्डनी पैनी है। ओनू तो बेचारी नू पता भी नहीं भी तू 150 किलोमीटर तो रोज ओदे करके आउना है देखदा चला जाना है।
मैं बली का बकरा बनया हो भी बिना किसी गल तो वो इसे तो यारी दोस्ती कहने ऐसी यारी दोस्ती नु सस्री गल आ बने तेरे मूहे हाथ ज्यादा प्रपोज कर दे जा भरावा अपना कला आ जाया कर चल कल नू फिर पक्का पक्की गल पक्की गल हुण बनी ना गल दे ताली दूजे दिन पता लगा कि जोंटी ने कुदरत नू फिजिकली टॉर्चर किया है ते यूनिवर्सिटी छड्डण दी धमकी भी दित्ती है जिस नाल उसका मानसिक संतुलन बिगड़ गया बस फिर की मैं तो रहा नहीं गया ते जोंटी नू सबक सिखाने दी ठान ली इसे नू ते प्यार कहंदे ने हेलो हाँ किवें आ असी फिलहाल सेफ हाँ तू टेंशन ना ले जे कोई गल हुई तो पहला फोन कर दी ठीक है चल ठीक है ओके बाय भाई थोनू यह मूसा राजस्थानी का कुछ ज्यादा उभर जा नहीं लगता वो यार ठीक है यार डिजाइनर पर गल हुण अणख ते जिते खड़ी है भाई मूसे राजस्थानी तो पहला जोंटी बाई नू मैं लभ के दिखाऊं लभण लभाउण दीआं गल्लां चल रहीआं ने वेरी गुड होनिया भी चाहिए लगता डर गए जे सामने सकते रख दे क्यों ऐ जी जासूसी करते होवोंगे बूंदी हाँ भाई कुर्सी ला जी भाई आ लो जी हाँ हुण दसो किवें आउणा होया ओ भी दस दिंदे आ स्पार्क जी सर तैनू जो कहा सी ओही गल होई ना 110% सर की कहा सी इन्हां नू मैनू भी दसो मैं उत्थे गन जान के सट के आया सी क्योंकि मैनू पता सी तू उत्थे जावेगा ते गन चक के लेके आवेगा इज दैट क्लियर चलो फिर मूसा राजस्थानी जी आपे दस दो फिर किवें आना होया जोंटी नू लब्भण ओ कहिंदे हुंदे ना बई बंदा जिथों गवाचिया होवे ओनू उत्थे ही भालना चाहीदा ठीक है लभो फिर मैनू थोड़े आ बंदे दा मस्तक सही नहीं लगता बचो बचो जिन्ना बच सकते हैं तो बचो गाइस चलिए यस सर ओके गाइस फॉलो मी ओके सर गोली भाई थोनू भी लगता के मैं जोंटी ओ नहीं नहीं तू एडा योदा कथे है भारती छुगे भावे राजस्थानी जा ना दे मूरे मूसा लाले भावे पिछे लाले पर सिद्धू मूसे वाला नहीं बन सकता भाई साले केते दा चुप कर जाए करो क्यों सारा दिन जलूस कढ़ो नेरे नू साला जिथे देखो उथे जलूस कढ़न लग जांदे ने संजीव आ देख मड़ा मेरे ते चुप कर दे अच्छा तुसी अपना ध्यान रखो भाई संजीव तुसी बैठो इत्थे एक मिनट मैं आया जोंटी आज तेनू सरप्राइज देना बहुत बड़ा जिसनू देख के तेरिया अखा खुलिया रह जाएगियां हो सकता बेहोश भी हो जावे मानसिक संतुलन भी बिगड़ सकता ले आ गया तेरा प्यो कर ले दर्शन
ਉਹ ਸਿਆਣੇ ਕਹਿੰਦੇ ਹੁੰਦੇ ਆ ਨਾ, ਗਟਰ ਨੂੰ ਸਾਫ ਕਰਨ ਲਈ ਗਟਰ 'ਚ ਵੜਨਾ ਪੈਂਦਾ ਹੈ, ਤੇ ਤੈਨੂੰ ਅਸਲ ਜ਼ਿੰਦਗੀ ਦਾ ਪਾਠ ਪੜ੍ਹਾਉਣ ਲਈ ਮੈਨੂੰ ਇਸ ਗੰਦਗੀ 'ਚ ਵੜਨਾ ਪਿਆ। ਜੇ ਤੈਨੂੰ ਇੱਥੇ ਨਾ ਲਿਆਉਂਦੇ, ਪਤਾ ਨਹੀਂ ਅੱਜ ਤੱਕ ਤੂੰ ਕਿੰਨੀਆਂ ਹੋਰ ਜ਼ਿੰਦਗੀਆਂ ਬਰਬਾਦ ਕਰ ਦਿੰਦਾ। ਤੇਰੇ ਮਾਂ ਪਿਓ ਦੀ ਗਲਤੀ ਪਤਾ ਕੀ ਹੈ? ਉਹਨਾਂ ਨੇ ਤੈਨੂੰ ਜਨਮ ਤਾਂ ਦਿੱਤਾ ਪਰ ਜ਼ਿੰਦਗੀ ਨਹੀਂ ਜਿਉਣੀ ਸਿਖਾਈ। ਜੇ ਉਹਨਾਂ ਨੇ ਤੈਨੂੰ ਜਿਉਣਾ ਸਿਖਾਇਆ ਹੁੰਦਾ ਨਾ, ਤੂੰ ਕਦੇ ਸੱਤੀ ਨੂੰ ਨਾ ਮਾਰਦਾ। ਵੀਰ ਕਹਿੰਦੀ ਸੀ ਮੈਨੂੰ ਆਪਣਾ, ਭਾਵੇਂ ਆਪਣੇ ਘਰੇ ਖਾਣਾ ਬਣਾਉਣ ਦਾ ਹੀ ਕੰਮ ਕਰਦੀ ਸੀ, ਪਰ ਕੰਮ ਤਾਂ ਇੱਕ ਮਾਂ ਦਾ ਹੀ ਕਰਦੀ ਸੀ ਨਾ। ਤੇ ਤੂੰ ਉਸ ਪਵਿੱਤਰ ਰਿਸ਼ਤੇ ਦੀ ਕਦਰ ਵੀ ਨਹੀਂ ਜਾਣੀ। ਆ ਗੁੱਟ ਤੇ ਰੱਖੜੀ ਬੰਨੀ ਸੀ ਉਹਨੇ, ਤੇ ਦਿਲੋਂ ਭੈਣ ਮੰਨਦਾ ਸੀ ਉਹਨੂੰ ਮੈਂ, ਤੇ ਤੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ ਇਸ ਗੱਲ ਨੂੰ, ਪਰ ਤੂੰ ਹਵਸ ਦਾ ਪੁਜਾਰੀ ਆਪਣੀਆਂ ਹੱਦਾਂ ਹੀ ਪਾਰ ਕਰ ਗਿਆ। ਅੱਜ ਵੀ ਉਹ ਸੀਨ ਅੱਜ ਵੀ ਉਹ ਸੀਨ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ ਕਿ ਕਿਉਂ ਨਹੀਂ ਬਚਾ ਸਕਿਆ ਮੈਂ ਆਪਣੀ ਸੱਤੀ ਨੂੰ। ਇਹ ਪਛਤਾਵਾ ਹਮੇਸ਼ਾ ਮੇਰੇ ਜ਼ਹਿਨ 'ਚ ਰਹਿਣਾ। ਸੱਤੀ ਭੈਣ ਦੀ ਲਾਸ਼ ਦੇਖ ਮੈਂ ਦੁਨੀਆ ਦਾ ਸਭ ਤੋਂ ਡਰਪੋਕ ਤੇ ਲਾਚਾਰ ਮਹਿਸੂਸ ਕਰ ਰਿਹਾ ਸੀ। ਪਰ ਹੁਣ ਨਹੀਂ, ਹੁਣ ਤੇਰੇ ਵਰਗੇ ਜਿੰਨੇ ਵੀ ਚੌਂਕੀ ਮਿਲਣਗੇ ਨਾ, ਉਹਨਾਂ ਦਾ ਆਹੀ ਹਸ਼ਰ ਹੋਊ। ਫੋਨ ਥੋੜੀ ਸ਼ੋਪ ਤੋਂ ਗਿਆ ਸਰ, ਮੈਂ ਚੈੱਕ ਕਰ ਲੈਂਦਾ ਜੀ। ਸਰ ਹਾਂਜੀ, ਇਹ ਸਾਡੀ ਸ਼ੋਪ ਤੋਂ ਵਿਕਿਆ ਹੋਇਆ ਜੀ। ਕੀ ਨਾਂ ਤੇ ਹੈ? ਸਰ ਇਹ ਕੁਲਦੀਪ ਸਿੰਘ, ਸਨ ਆਫ ਨਿਰੰਜਨ ਸਿੰਘ। ਇਹਨਾਂ ਦਾ ਨੰਬਰ ਦਿਓ। ਹਾਂਜੀ ਸਰ, ਲਿਖ ਲਓ ਜੀ ਨੰਬਰ 77 35 5506। ਓਕੇ, ਥੈਂਕ ਯੂ। ਵੈਲਕਮ ਸਰ। ਇਹ ਨੰਬਰ 'ਤੇ ਫੋਨ ਲਾ ਤੇ ਪਤਾ ਕਰ ਇਹ ਬੰਦਾ ਕੌਣ ਹੈ। ਠੀਕ ਹੈ ਸਰ। ਕੰਮ ਆਪਾਂ ਨੂੰ ਚੌਕਸ ਰਹਿਣਾ ਪੈਣਾ। ਹੁਣ ਉਹ ਸਲਾਹ ਇੰਸਪੈਕਟਰ ਜਾਣਾ ਕੇਸ ਨੂੰ ਬਾਹਲੀ ਸੀਰੀਅਸਲੀ ਬੈਠਾ। ਕੋਈ ਗੱਲ ਨਹੀਂ ਗੋਲੀ, ਇੰਨੀ ਛੇਤੀ ਆਪਾਂ ਇੰਸਪੈਕਟਰ ਦੇ ਹੱਥ ਨਹੀਂ ਆਉਂਦੇ। ਏਕਮ, ਫਿਰ ਵੀ ਆਪਾਂ ਨੂੰ ਡਰ ਕੇ ਰਹਿਣਾ ਚਾਹੀਦਾ।
ਉਤੋਂ ਇਹ ਜੁੰਟੀ ਵੀ ਪਾਗਲ ਹੋ ਗਿਆ। ਇਹਦਾ ਪਾਗਲ ਹੋਣਾ ਤਾਂ ਆਪਣੇ ਲਈ ਚੰਗਾ ਹੀ ਹੋਇਆ। ਜੱਟ ਸਿਵਿਆਂ ਚੋਂ ਲੰਗੇ ਆ ਚਿੜੇ ਟੱਕਰੀ, ਸਾਲੇ ਨੇ ਕਰਤੇ ਰੰਗ ਦਿਖਾਣੇ ਸ਼ੁਰੂ। ਚੱਲ ਚਿੱਤ ਲੱਗੇ ਰਹੂ। ਠੀਕ ਹੈ। ਉਹ ਗੱਲ ਸੁਣ ਕਾਕਾ, ਕੁਲਦੀਪ ਸਿੰਘ ਦਾ ਘਰ ਇਹੀ ਹੈ? ਹਾਂਜੀ ਸਰ, ਮੈਂ ਹੀ ਹਾਂ ਕੁਲਦੀਪ ਜੀ। ਆ ਫੋਨ ਬਾਰੇ ਪਤਾ ਕੁਛ? ਨਹੀਂ ਨਹੀਂ ਸਰ। ਓਏ ਚੰਗੀ ਤਰ੍ਹਾਂ ਦੱਸ ਦੇ, ਸਲਿਆ ਪਟਾ ਫੇਰੇ ਤੋਂ ਬਾਅਦ ਹੀ ਦੱਸੇਗਾ। ਹੈਂ? ਦੱਸਦਾ ਸਰ। ਸਰ ਇੱਕ ਦਿਨ ਮੈਂ ਸ਼ੌਪ 'ਤੇ ਫੋਨ ਦਾ ਚਾਰਜਰ ਲੈਣ ਗਿਆ, ਉੱਥੇ ਮੈਨੂੰ ਇੱਕ ਮੁੰਡਾ ਕੁੜੀ ਮਿਲੇ ਜਿਨ੍ਹਾਂ ਨੇ ਮੈਨੂੰ 2000 ਦਾ ਲਾਲਚ ਦਿੱਤਾ ਅਤੇ ਫੋਨ 'ਤੇ ਸਿਮ ਲੈਣ ਲਈ ਕਿਹਾ, ਅਤੇ ਮੈਂ ਉਹਨਾਂ ਨੂੰ ਆਪਣੇ ਪ੍ਰੂਫ 'ਤੇ ਸਿਮ 'ਤੇ ਫੋਨ ਲਾ ਦਿੱਤਾ ਸਰ। ਪਰ ਮੈਂ ਉਹ ਮੁੰਡਾ ਕੁੜੀ ਨੂੰ ਜਾਣਦਾ ਨਹੀਂ ਸੀ ਸਰ, ਅਤੇ ਨਾ ਹੀ ਪਹਿਲਾਂ ਕਦੇ ਦੇਖਿਆ। ਉਹਨਾਂ ਦੋਨਾਂ ਦੀਆਂ ਸ਼ਕਲਾਂ ਯਾਦ ਨੇ? ਮੁੰਡੇ ਦੀ ਸ਼ਕਲ ਤਾਂ ਮੈਨੂੰ ਯਾਦ ਹੈ ਸਰ, ਪਰ ਕੁੜੀ ਦਾ ਮੂੰਹ ਬੰਨਿਆ ਹੋਇਆ ਸੀ ਜੀ। ਕਲੀਅਰ ਜੀ ਸਰ। ਸਕੈਚ ਵਾਲੇ ਨੂੰ ਬੁਲਾ, ਸਕੈਚ ਬਣਵਾ। ਯੈਸ ਸਰ। ਗੱਲ ਸੁਣ ਲਾ ਓਏ, ਜੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਨਾ ਤਾਂ ਸਾਲਿਆ ਸਾਰੇ ਟੱਬਰ ਨੂੰ ਫੜ ਕੇ ਅੰਦਰ ਦੇ ਦੀ। ਸੁਣ ਗਿਆ? ਠੀਕ ਹੈ ਸਰ। ਹੈਲੋ। ਹਾਂ ਗੋਲੀ, ਕਿੱਥੇ ਗੈਪ ਜਿਹਾ ਹੋ ਗਿਆ? ਬਈ ਮੈਂ ਪਿੰਡ ਚਲਾ ਗਿਆ ਸੀ, ਵਾਪਸ ਜਾ ਰਿਹਾ ਸੀ ਬਾਈ। ਅੱਛਾ, ਚੱਲ ਪਹੁੰਚ ਕੇ ਫੋਨ ਕਰੀ। ਠੀਕ ਹੈ ਜੀ, ਠੀਕ ਹੈ, ਓਕੇ। ਚੱਲ ਠੀਕ ਹੈ ਕਮ। ਪ੍ਰੀਤ ਮੈਂ ਤੈਨੂੰ ਘਰੇ ਡਰੋਪ ਕਰ। ਠੀਕ ਹੈ ਵੀਰੇ। ਜੌਂਟੀ ਨੂੰ ਕਾਬੂ 'ਚ ਰੱਖਿਓ। ਪਾਗਲ ਹੋ ਗਿਆ ਸੜਾ, ਕਿਤੇ ਕਿਸੇ ਦਾ ਨੁਕਸਾਨ ਕਰ ਦੇ। ਗੋਲੀ ਤੂੰ ਫਿਕਰ ਨਾ ਕਰ, ਇਹਨੂੰ ਐਂ ਨਹੀਂ ਭੱਜਣ ਦਿੰਦੇ। ਠੀਕ ਹੈ, ਓਕੇ, ਧਿਆਨ ਰੱਖਿਓ। ਸਮਰ ਵੀ ਕੀ ਹੋ ਗਿਆ ਅੱਜ? ਹਾਂਜੀ ਬਾਈ ਜੀ। ਹਾਂ ਗੋਲੀ, ਮੈਨੂੰ ਮਿਲ ਛੇਤੀ ਆ। ਕਿਵੇਂ ਬਾਈ, ਕੰਮ ਸੀ ਕੋਈ ਜ਼ਰੂਰੀ? ਹਾਂ, ਮਿਲ ਕੇ ਦੱਸ ਦਾ, ਛੇਤੀ ਆ। ਠੀਕ ਹੈ ਜੀ ਬਾਈ, ਮਿਲਦਾ। ਕੀ ਹੋ ਗਿਆ ਬਾਈ, ਇੰਨੀ ਟੈਨਸ਼ਨ ਕਿਹੜੀ ਗੱਲ ਦੀ ਆ? ਕੁਛ ਨਹੀਂ ਡਿਜ਼ਾਈਨਰ, ਉਹ ਬਸ ਉਹ ਝੁੰਡੀ ਕਰਕੇ ਥੋੜ੍ਹਾ ਦਿਮਾਗ ਜਿਹਾ ਘੁੰਮਿਆ ਪਿਆ। ਛੱਡੋ ਤੁਸੀਂ, ਚਲੋ ਚੱਲੀਏ। ਮੁੰਡੀ ਓਏ, ਮੈਨੂੰ ਕੋਈ ਗੜਬੜ ਲੱਗਦੀ ਹੈ, ਬਾਈ ਆਪਣੇ ਤੋਂ ਕੁਛ ਲੁਕੋ ਰਿਹਾ। ਨਾ ਨਾ, ਬਾਈ ਲੁਕੋ ਰਿਹਾ ਕੁਛ ਆਪਣੇ ਤੋਂ? ਹੋਰ ਸਾਲੇ ਮੈਂ ਫਾਰਸੀ ਬੋਲਦਾ? ਮੇਰਾ ਸਾਲਾ ਨੇਪਾਲੀ ਜਾ। ਚਲ ਲਵ ਯੂ ਕਰਦਾ ਏ ਦਿਲ, ਲਵ ਯੂ ਲਵ ਯੂ ਲਵ ਯੂ ਲਵ ਯੂ ਕਰ। ਲੈ ਇਹ ਨਹੀਂ ਸਾਲਾ ਮੇਰਾ ਟਲਦਾ। ਕਿਉਂ ਭੱਜ ਜੂ, ਭੱਜ ਜੂ ਨਹੀਂ ਕਰਦਾ? ਓ ਸ਼ਿਟ, ਇਹ ਤਾਂ ਉਹੀ ਮੁੰਡਾ ਜਿਹੜਾ ਆਪਾਂ ਨੂੰ ਉਸ ਦਿਨ ਰਸਤੇ 'ਚ ਮਿਲਿਆ ਸੀ। ਹਾਂਜੀ ਸਰ, ਉਹੀ ਹੈ। ਦਲੇਰ ਸਮਝ ਲੈ, ਜੌਂਟੀ ਮਿਲ ਗਿਆ। ਕਿਵੇਂ ਬਾਈ, ਅਚਾਨਕ ਬੁਲਾ ਲਿਆ, ਕੋਈ ਜ਼ਰੂਰੀ ਕੰਮ ਸੀ? ਜੌਂਟੀ ਕਿੱਥੇ ਹੈ? ਜੌਂਟੀ ਸਮਝ ਨਹੀਂ ਆਈ ਬਾਈ। ਮੈਂ ਸਮਝਾਉਣਾ। ਚੱਲ ਠੀਕ ਹੈ ਕੰਮ। ਪ੍ਰੀਤ ਮੈਂ ਤੈਨੂੰ ਘਰੇ ਡਰੋਪ ਕਰ। ਠੀਕ ਹੈ ਵੀਰੇ। ਜੌਂਟੀ ਨੂੰ ਕਾਬੂ 'ਚ ਰੱਖਿਓ, ਪਾਗਲ ਹੋ ਗਿਆ ਸਾਲਾ, ਕਿਤੇ ਕਿਸੇ ਦਾ ਨੁਕਸਾਨ ਕਰ ਦੇ। ਗੋਲੀ ਤੂੰ ਫਿਕਰ ਨਾ ਕਰ, ਇਹਨੂੰ ਐਂ ਨਹੀਂ ਭੱਜਣ। ਤਹਿਸ ਚਾਹ ਕੇ ਕੋਈ ਗਲਤ ਫੈਸਲਾ ਨਾ ਲੈ ਲਈ ਕਿ ਸਾਰੀ ਉਮਰ ਪਛਤਾਉਣਾ ਪੈ ਜੇ। ਦੇਖ ਚੌਂਟੀ ਮੇਰੇ ਹਵਾਲੇ ਕਰ ਦੇ, ਇਹ ਗੱਲ ਤੇਰੇ ਤੇ ਮੇਰੇ ਵਿੱਚ ਹੀ ਰਹੂਗੀ, ਯਕੀਨ ਕਰ। ਜੌਂਟੀ ਤੈਨੂੰ ਆਪਣਾ ਭਰਾ ਮੰਨਦਾ ਸੀ,
ते मैं सती नूं अपनी भैण मानता सी। तू भरोसा तोड़े, उन्हें रिश्ता तोड़े। ते जिहड़े बंदे नूं रिश्तियां दी कदर नहीं ना, मेरे दिल चों तेरी कोई जगह नहीं। देख मैनू पता है चौंटी ने बहुत गलत काम किए ने, उन्हूं उहदे कर्मां दी सज़ा मिल गई है। मैं चौंटी नूं मिलना। कोई फायदा नहीं भाई, वो पागल हो चुका है। तेरे साथियों नाल ही मिला दे। मैं ये भी नहीं कर सकता। घबरा ना, मैं सिर्फ उन्हां नाल गलबात ही करनी है। जे कोई गलत स्टैप चकना होंदा ना तो उस टाइम ही चक लैंदा जिस टाइम ये रिकॉर्डिंग की सी। भरोसा रख। ठीक है, पर मेरी गड्डी चलांगे ते अपना फोन ते गनमैन दे दो। प्रीत की गल, हुणे तां गई सी वापस भी आ गई। गोली वीरे दा फोन आया सी, उन्हां ने बुलाया इत्थे, आ रहे ने ओ। अच्छा घबराओ ना, मैं इत्थे गलबात ही करना है ते मेरे तो बिना किसी ने कुछ नहीं पता। हाँ जी बोलो, की गल करनी है? तुसी अपनी जगह सही हो, जे थोड़ी जगह मैं हुंदा तां शायद मैं भी यही करदा। पर जौंटी नूं उहदे कीते दी सज़ा मिल चुकी है ते जिस हिसाब नाल तुसी उहनूं टॉर्चर कीता ना, उहनूं भी अपनी गलतियां दा एहसास हो गया होना। मेरी तां इक्की रिक्वेस्ट है, ਉਹਨੂੰ ਛੱਡ ਦਿਓ। ਨਹੀਂ ਨਹੀਂ ਛੱਡ ਸਕਦੇ। ਜਦੋਂ ਤੁਹਾਨੂੰ ਪਤਾ ਹੈ ਕਿ ਇਹ ਗਲਤ ਹੈ ਫਿਰ ਕਿਉਂ ਇੰਨੀ ਹਮਦਰਦੀ ਦਿਖਾ ਰਹੇ ਹੋ? ਦੇਖੋ ਮੈਂ ਤੁਹਾਡੇ ਸਾਰਿਆਂ ਦੇ ਭਲੇ ਵਾਸਤੇ ਕਹਿ ਰਿਹਾ, ਇਸ ਮੈਟਰ ਨੂੰ ਇੱਥੇ ਖਤਮ ਕਰ ਦਿਓ। ਖਤਮ ਕਰ ਦਿਓ ਸਭ ਕੁਝ, ਸਾਰੀ ਸ੍ਰਿਸ਼ਟੀ ਦਾ ਸਰਵਨਾਸ਼ ਕਰ ਦਿਓ। ਇਸ ਮਰੇ ਨੂੰ ਹੋਰ ਕੀ ਮਾਰੋਗੇ, ਮਰਿਆਂ ਨਾਲੋਂ ਤਾਂ ਵੱਧ ਹੋਇਆ ਪਿਆ। ਵੈਸੇ ਸਹੀ ਗੱਲ ਆ ਬਾਈ ਦੀ, ਮੇਰੀ ਅੱਗ ਤਾਂ ਸੜੇ ਨੂੰ ਮਾਰ ਕੇ ਬੁਝੂ। ਜਾ ਮਾਰ ਲੈ, ਤੂੰ ਬੁਝਾ ਲਾ ਆਪਣੀ ਅੱਗ। ਇਹਨੂੰ ਮਾਰ ਕੇ ਪਤਾ ਕੀ ਮਿਲੂਗਾ? ਜੌਂਟੀ ਨੂੰ ਮੁਕਤੀ ਤੇ ਤੁਹਾਨੂੰ ਸਾਰਿਆਂ ਨੂੰ ਸਜ਼ਾ। ਕਿਉਂ ਇਸ ਕੁੜੀ ਦੀ ਤੇ ਆਪਣੀ ਜ਼ਿੰਦਗੀ ਖਰਾਬ ਕਰਨ 'ਤੇ ਤੁਲੇ ਹੋਏ ਹੋ? ਇਸ ਮੁੱਦੇ 'ਤੇ ਮਿੱਟੀ ਪਾਓ, ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ। ਅਤੇ ਰਹੀ ਗੱਲ ਬਿਰਾਜ ਬਾਈ ਪਾਰਟੀ ਅਤੇ ਜੌਂਟੀ ਦੀ, ਉਹ ਸਭ ਕੁਛ ਮੈਂ ਆਪ ਸਾਂਭਲੂੰਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ। ਬੋਲੋ, ਸਹਿਮਤ ਹੋ? ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ। ਸਮਰ ਬਾਈ, ਸਾਨੂੰ ਤੁਹਾਡੇ 'ਤੇ ਵਿਸ਼ਵਾਸ ਹੈ, ਪਰ ਇਹ ਵਿਸ਼ਵਾਸ ਟੁੱਟਣਾ ਨਹੀਂ ਚਾਹੀਦਾ। ਕਿਉਂ ਏਕਮ? ਗੋਲੀ, ਤੇਰੇ ਨਾਲ ਸਹਿਮਤ ਹੈ। ਤੁਸੀਂ ਲਿਜਾ ਸਕਦੇ ਜੌਂਟੀ ਨੂੰ। ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਮੇਰੀ ਗੱਲ ਮੰਨੀ। ਗੋਲੀ ਤੂੰ ਮੇਰੇ ਨਾਲ ਹੀ ਚੱਲ। ਜੀ ਬਾਈ। ਤੂੰ ਜੌਂਟੀ ਨੂੰ ਲੈ ਕੇ ਆ, ਮੈਂ ਬਿਰਾਜ ਬਾਈ ਨਾਲ ਗੱਲ ਕਰਦਾ। ਠੀਕ ਹੈ ਜੀ। ਹਾਂਜੀ ਬਾਈ, ਜੌਂਟੀ ਦਾ ਪਤਾ ਲੱਗ ਗਿਆ। ਬਾਕੀ ਗੱਲ ਮੈਂ ਤੁਹਾਡੇ ਨਾਲ ਆ ਕੇ ਕਰਦਾ। ਹਾਂਜੀ ਜੌਂਟੀ ਨੂੰ ਤਾਂ ਜੌਂਟੀ ਦੇ ਕੀਤੀਆਂ ਦੀ ਸਜ਼ਾ ਮਿਲ ਗਈ, ਪਰ ਤੁਹਾਡੀ ਗਲੀ ਪਿੰਡ ਸ਼ਹਿਰ ਅੱਜ ਵੀ ਕਈ ਜੌਂਟੀ ਵਰਗੇ ਰੋਜ਼ਾਨਾ ਗੁਨਾਹ ਕਰਕੇ ਆਜ਼ਾਦ ਘੁੰਮ ਰਹੇ ਨੇ ਅਤੇ ਤੁਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਦੇ ਗੁਨਾਹਾਂ ਨੂੰ ਬੜਾਵਾ ਦੇ ਰਹੇ ਹੋ।
ਹੁਣ ਅੱਗੇ ਫੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਕੀ ਕਰਨਾ। ਸਰ ਇੱਥੇ ਕਿਹੜਾ ਸ਼ੋਟ ਲਿਆ ਜਾਏਗਾ ਸਰ? ਚੌਂਟੀ ਦਾ ਟਾਈਮਿੰਗ ਸੀਨ ਹੈ ਇੱਥੇ। ਚੌਂਟੀ ਨੂੰ ਟੋਰਚਰ ਕੀਤਾ ਜਾ ਰਿਹਾ ਹੈ ਬਹੁਤ ਹੀ ਗੰਦੇ ਤੇ ਘਿਨੌਣੇ ਤਰੀਕੇ ਨਾਲ। ਸਟੂਡੈਂਟ ਵਾਰ ਦਾ ਇਹ ਵੇਲਾ ਬੱਲੀਏ, ਤੂੰ ਵੀ ਦੇਣਾ ਕੋਈ ਸੁਜੈਸ਼ਨ ਤਾਂ ਦੇ ਲਾ ਬੱਲੀਏ। ਸਟੂਡੈਂਟ ਵਾਰ ਦਾ ਇਹ ਵੇਲਾ ਬੱਲੀਏ, ਦੇਣਾ ਕੋਈ ਸੁਜੈਸ਼ਨ ਤਾਂ ਦੇ ਲਾ ਬੱਲੀਏ, ਵੋਟਾਂ ਵਿੱਚ ਸਾਰੇ ਕੁੱਤੇ ਜਾਣਗੇ। ਲਾਸਟ ਐਪੀਸੋਡ ਹੈ ਜੀ, ਤੇ ਸਾਰੀ ਟੀਮ ਦੀ ਬਹੁਤ 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 ਜ਼ਿਆਦਾ ਮਿਹਨਤ ਲੱਗ ਰਹੀ ਹੈ, ਮਿਹਨਤ ਕਰ ਰਹੇ ਨੇ ਸਾਰੇ ਜਣੇ, ਡੀਓਪੀ ਡਾਇਰੈਕਟਰ ਪ੍ਰੋਡਕਸ਼ਨ ਵਾਲਾ ਥੋੜ੍ਹਾ ਜਿਹਾ ਲੂਜ਼ ਹੈ ਕਰੈਕਟਰ ਦਾ। ਬਹੁਤ ਨਜ਼ਾਰਾ ਹੈ ਬਾਈ, ਉੱਥੇ ਅਸੀਂ ਪਿਆਰ ਦਿੰਦੇ ਰਹੋ, ਅੱਗੇ ਤੋਂ ਹੋਰ ਥੋੜਾ ਥੋੜਾ ਕੰਮ ਕਰਦੇ ਰਹਾਂਗੇ, ਵਧੀਆ ਕੰਮ ਕਰਦੇ ਰਹਾਂਗੇ, ਪਿਆਰ ਬਣਾਈ ਰੱਖੋ।